ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗੱਲ ਪੰਜਾਬ ਦੀ ਟੀਵੀ ਮੈਂ ਹਾਂ ਰਣਜੀਤ ਕੌਰ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀ ਹੈਡਲਾਈਨਸ ਤੇ ਬਰਨਾਲਾ ਵਿੱਚ ਸੁਨੀਲ ਜਾਖੜ ਹੋਏ ਪੱਤਰਕਾਰਾਂ ਦੇ ਰੂਬਰੂ ਕਿਹਾ ਪੂਰਾ ਪੰਜਾਬ ਅੱਜ ਕਾਂਗਰਸ ਦੇ ਨਾਲ ਬੀਜੇਪੀ ਰਾਸ਼ਟਰੀ ਸਕੱਤਰ ਤਰੁਣ ਚੁੱਗ ਨੇ ਪੰਜਾਬ ਕਾਂਗਰਸ ਤੇ ਸਾਧੇ ਨਿਸ਼ਾਨੇ ਕਿਹਾ ਕਰਤਾਰਪੁਰ ਕੋਰੀਡੋਰ ਵਿੱਚ ਕਾਂਗਰਸ ਦਾ ਕੋਈ ਸਹਿਯੋਗ ਨਹੀਂ ਗੁਰਦਾਸਪੁਰ ਦੇ ਬਟਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕੀਤੀ ਕਾਰਵਾਈ ਕੁਲਬੀਰ ਸਿੰਘ ਜ਼ੀਰਾ ਦੇ ਸਪੋਟਰ ਨੂੰ ਗ੍ਰਿਫਤਾਰ ਕਰਨ ਤੇ ਮੱਚੀ ਹਲਚਲ ਜ਼ੀਰਾ ਦੇ ਸਪੋਟਰ ਨੀਰਜ ਕੁਮਾਰ ਦੀ ਗ੍ਰਿਫਤਾਰੀ ਨੂੰ ਲੈ ਕੇ ਚੁੱਕੇ ਜਾ ਰਹੇ ਨੇ ਸਵਾਲ ਅੰਮ੍ਰਿਤਸਰ ਪੁਲਿਸ ਨੇ ਨਕਲੀ DSP ਨੂੰ ਕੀਤਾ ਗ੍ਰਿਫਤਾਰ ਵਰਦੀ ਦਾ ਰੌਬ ਦਿਖਾ ਕੇ ਲੁੱਟਦਾ ਸੀ ਆਮ ਲੋਕਾਂ ਨੂੰ ਫਿਲੌਰ ਵਿੱਚ ਸਾਂਝਾ ਅਧਿਆਪਕ ਮੋਰਚਾ ਵੱਲੋਂ ਫੂਕਿਆ ਗਿਆ ਸਿੱਖਿਆ ਮੰਤਰੀ ਦਾ ਪੁਤਲਾ ਕਿਹਾ ਜੇਕਰ ਨਹੀਂ ਪੂਰੇ ਕੀਤੇ ਹੋਏ ਵਾਅਦੇ ਤਾਂ ਕੀਤਾ ਜਾਵੇਗਾ ਦੁਬਾਰਾ ਸੰਘਰਸ਼ ਮਹਿਲਾ ਦੀ ਵਾਇਰਲ ਵੀਡੀਓ ਬਾਰੇ ਸਿਮਰਜੀਤ ਸਿੰਘ ਬੈਂਸ ਨੇ ਕੀਤਾ ਖੁਲਾਸਾ ਕਿਹਾ ਫੇਕ ID ਤੇ ਪਾਈ ਗਈ ਵੀਡੀਓ ਕੀਤੀ ਜਾਵੇਗੀ ਕਾਰਵਾਈ ਕੋਟਕਪੁਰਾ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਕੀਤੀ ਖੁਦਕੁਸ਼ੀ ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਕੀਤੀ ਕਾਰਵਾਈ ਲਤੀਫਪੁਰਾ ਵਿੱਚ ਇੰਪਰੂਵਮੈਂਟ ਟਰੱਸਟ ਨੇ ਜ਼ਮੀਨ ਖਾਲੀ ਕਰਵਾਉਣ ਦੀ ਪ੍ਰਕਿਰਿਆ ਤੇ ਲਗਾਈ ਰੋਕ ਟਰੱਸਟ ਵੱਲੋਂ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਦੀ ਕਹੀ ਜਾ ਰਹੀ ਹੈ ਗੱਲ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਡਬਾਈ ਵਿਖੇ 40 ਮੁਕਤਿਆਂ ਦੀ ਯਾਦ ਵਿੱਚ ਕਰਵਾਈਆਂ ਗਈਆਂ ਖੂਹ ਦੌੜਾਂ ਜੇਤੂਆਂ ਨੂੰ ਵੱਡੇ ਇਨਾਮ ਦੇ ਕੇ ਕੀਤਾ ਗਿਆ ਸਨਮਾਨਿਤ ਸੋਲਨ ਪੁਲਿਸ ਨੂੰ ਹਾਸਿਲ ਹੋਈ ਵੱਡੀ ਸਫਲਤਾ ਪਿਛਲੇ ਦਿਨ ਵਪਾਰੀ ਨੂੰ ਧਮਕਾਉਣ ਵਾਲੇ ਦੋ ਦੋਸ਼ੀਆਂ ਨੂੰ ਕੀਤਾ ਕਾਬੂ ਤੇ ਹੁਣ ਖਬਰਾਂ ਵਿਸਥਾਰ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਨੇ ਬਰਨਾਲਾ ਵਿੱਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਾਰਟੀ ਤੋਂ ਨਾਰਾਜ਼ ਹੋਏ ਸਾਰੇ ਕਾਰਜਕਰਤਾਵਾਂ ਨੂੰ ਮਨਾਉਣ ਦੀ ਕੋਸ਼ਿਸ਼ ਜਾਰੀ ਹੈ ਨਾਲ ਹੀ ਉਹਨਾਂ ਦੀਆਂ ਪਰੇਸ਼ਾਨੀਆਂ ਵੀ ਸੁਣੀਆਂ ਜਾਣਗੀਆਂ ਅਤੇ ਪਾਰਟੀ ਦਾ ਡਿਸਿਪਲਿਨ ਬਣਾ ਕੇ ਰੱਖਿਆ ਜਾਵੇਗਾ ਦੂਜੇ ਪਾਸੇ ਸੁਖਬੀਰ ਬਾਦਲ ਬਾਰੇ ਗੱਲ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਉਹਨਾਂ ਲੋਕਾਂ ਲਈ ਪ੍ਰੈਸ ਕਾਨਫਰੰਸ ਕਰ ਰਹੇ ਨੇ ਜਿਨ੍ਹਾਂ ਨੇ ਪੰਜਾਬ ਵਿੱਚ ਅਕਾਲੀ ਸਰਕਾਰ ਦੇ ਸਮੇਂ ਗੈਂਗਸਟਰ ਪੈਦਾ ਕੀਤੇ ਅਤੇ ਜਿਨ੍ਹਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਜੋ ਕਿ ਕਾਫੀ ਸ਼ਰਮਨਾਕ ਗੱਲ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਲ ਕਰਦੇ ਹੋਏ ਸੁਨੀਲ ਜਾਖੜ ਨੇ ਦੱਸਿਆ ਕਿ ਲੋਕ ਹਿੱਤ ਦੇ ਨਾਮ ਤੇ ਪਤਾ ਨਹੀਂ ਕਿੰਨੇ ਗਰੁੱਪ ਪੈਦਾ ਹੋ ਗਏ ਨੇ ਅਤੇ ਨਵੀਆਂ ਨਵੀਆਂ ਪਾਰਟੀਆਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਾਖੜ ਨੇ ਕਿਹਾ ਕਿ ਹੁਣ ਸਾਰਾ ਪੰਜਾਬ ਕਾਂਗਰਸ ਦੇ ਨਾਲ ਹੈ ਕਰਾਂਗੇ ਵੀ ਕੀ ਕਾਰਨ ਬਣੇ ਕੀ ਵਜੂਹਾਤ ਬਣੇ ਕਿਉਂਕਿ ਉਹਨਾਂ ਨੇ ਕਾਂਗਰਸ ਦੇ ਵਿੱਚ ਪਹਿਲਾਂ ਨੁਮਾਇੰਦਗੀ ਵੀ ਕੀਤੀ ਹੈ MP ਦਾ ਇਲੈਕਸ਼ਨ ਵੀ ਲੜਿਆ ਉਸ ਦਾ ਪਾਰਟੀ ਨੂੰ ਅਸੀਂ ਉਹਦਾ ਗੌਰ ਕਰਾਂਗੇ ਕਿਉਂ ਕਿਹੜੇ ਕਾਰਨਾਂ ਨੂੰ ਉਹ ਪਾਰਟੀ ਛੱਡ ਕੇ ਗਈ ਅੱਜ ਦੀ ਪ੍ਰੈਸ ਕਾਨਫਰੰਸ ਨਾਲ ਕਈ ਗੱਲਾਂ ਕਲੀਅਰ ਹੋ ਗਈਆਂ ਬਿਲਕੁਲ ਸਪਸ਼ਟ ਸਾਹਮਣੇ ਆ ਗਈਆਂ ਵੀ ਸੁਖਬੀਰ ਬਾਦਲ ਉਹਨਾਂ ਦੇ ਰਾਜ ਦੇ ਅੰਦਰ 10 ਸਾਲਾਂ ਦੇ ਅੰਦਰ ਪੰਜਾਬ ਦੇ ਅੰਦਰ ਜਿੱਥੇ ਗੈਂਗਸਟਰ ਪਣਪੇ ਸੀਗੇ ਗੈਂਗਸਟਰ ਨਾਮ ਪੰਜਾਬ ਦੇ ਵਿੱਚ ਕਿਤੇ ਨਹੀਂ ਲਿਆ ਗਿਆ UP ਜਾਂ ਬਿਹਾਰ ਦੇ ਵਿੱਚ ਬੋਲਦੇ ਸੀ 10 ਸਾਲਾਂ ਦੇ ਵਿੱਚ ਪੰਜਾਬ ਦੇ ਅੰਦਰ ਗੈਂਗਸਟਰ ਪਣਪੇ ਉਹਨਾਂ ਲੋਕਾਂ ਦੇ ਜਿਹੜੇ ਮਦਦਗਾਰ ਸੀ ਉਹਨਾਂ ਦੀ ਅੱਜ ਸੁਖਬੀਰ ਬਾਦਲ ਅੱਜ ਉਹਨਾਂ ਦੀ ਮਦਦ 'ਚ ਉਤਰੇ ਹੈ ਉਹਨਾਂ ਨੂੰ ਲੈ ਕੇ ਸਟੇਟ ਲੈਵਲ ਦੀ ਪ੍ਰੈਸ ਕਾਨਫਰੰਸ ਕੀਤੀ ਹੈ ਸੁਖਬੀਰ ਬਾਦਲ ਹੋਰਾਂ ਨੇ ਅਤੇ ਉਹਨਾਂ ਬੰਦਿਆਂ ਵਾਸਤੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਨ੍ਹਾਂ ਦੇ ਉੱਤੇ ਨਕਲੀ ਖਾਦ ਨਕਲੀ ਦਵਾਈਆਂ ਵੇਚ ਕੇ ਕਿਸਾਨਾਂ ਦਾ ਜਿਨ੍ਹਾਂ ਨੇ ਕਾਂਡ ਕੀਤਾ ਉਹਨਾਂ ਲੋਕਾਂ ਦਾ ਪੱਖ ਪੂਰਨ ਵਾਸਤੇ ਅੱਜ ਸੁਖਬੀਰ ਬਾਦਲ ਉਤਰੇ ਹੈ ਜੋ ਮੈਂ ਸਮਝਦਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਇੱਕ ਗੱਲ ਇਹਦੇ ਨਾਲ ਆਹ ਵੀ ਸਪਸ਼ਟ ਹੋ ਜਾਂਦੀ ਹੈ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੋਲ ਕੋਈ ਹੁਣ ਕੋਈ ਮੁੱਦਾ ਰਿਹਾ ਨਹੀਂ ਜਿਹਨੂੰ ਲੈ ਕੇ ਇਸ ਲੈਵਲ 'ਤੇ ਐਡੇ ਨਿਮਨ ਸਤਰ ਦੀ ਸਿਆਸਤ ਦੇ ਉੱਤੇ ਸੁਖਬੀਰ ਬਾਦਲ ਉਤਰ ਕੇ 323 ਦੇ ਪਰਚੇ ਨੂੰ ਲੈ ਕੇ ਜਿਹੜਾ ਗਾਲੀ ਗਲੋਚ ਦਾ ਪਰਚਾ ਹੈ ਸਟੇਟ ਲੈਵਲ ਦੀ ਜਦੋਂ ਪ੍ਰੈਸ ਕਾਨਫਰੰਸ ਕਰਦੇ ਹੈ ਮੇਰਾ ਮੰਨਣਾ ਵੀ ਸੁਖਬੀਰ ਬਾਦਲ ਜੀ ਨੂੰ ਘੱਟੋ ਘੱਟ ਬਾਦਲ ਸਾਹਿਬ ਦੀ ਇੱਜ਼ਤ ਉਹਨਾਂ ਦੇ ਰੁਤਬੇ ਦਾ ਧਿਆਨ ਰੱਖਣਾ ਸੀ ਜੀ ਆਪਣੇ ਰੁਤਬੇ ਦਾ ਧਿਆਨ ਨਹੀਂ ਰੱਖਿਆ ਜਾਵੇ ਦੇਖੋ ਸੁਖਬੀਰ ਬਾਦਲ ਭੁੱਲ ਜਾਂਦੇ ਆ ਮੈਂ ਉਹਨਾਂ ਨੂੰ ਦੋਸ਼ ਨਹੀਂ ਦਿੰਦਾ ਇੱਕ ਵਾਰੀ ਭੁੱਲ ਜਾਣ ਤਾਂ ਸ਼ਾਇਦ ਹੋਵੇ ਰੋਜ਼ ਹੀ ਜਿਹੜੀ ਇਹ ਗੱਲਾਂ ਕਰਦੇ ਆ ਜਿਸ ਬੰਦਿਆਂ ਨੂੰ ਲੈ ਕੇ ਸੁਖਬੀਰ ਬਾਦਲ ਅਜੇ ਉਤਰੇ ਆ ਜਿਨ੍ਹਾਂ ਦੇ ਗੈਂਗਸਟਰਸ ਦੇ ਨਾਲ ਸਾਂਠ ਗਾਂਠ ਦਾ ਆਰੋਪ ਲੱਗਿਆ ਉਹਨਾਂ ਦੇ ਉੱਤੇ ਅਬੋਹਰ ਦੇ ਅੰਦਰ ਇੱਕ ਬਹੁਤ ਹੀ ਘਿਨਾਉਣਾ ਬਹੁਤ ਹੀ ਦਰਦਨਾਕ ਦਲਿਤ ਭੀਮ ਹੱਤਿਆਕਾਂਡ ਹੋਇਆ ਸੀਗਾ ਦਲਿਤ ਬੱਚਾ ਸੀਗਾ ਜਿਹਨੂੰ ਟੋਟੇ ਟੋਟੇ ਕਰਕੇ ਗੈਂਗਸਟਰਸ ਨੇ ਕੱਟਿਆ ਸੀਗਾ ਅਤੇ ਉਸ ਗੈਂਗਸਟਰਸ ਦੇ ਨਾਲ ਸਾਂਠ ਗਾਂਠ ਦੇ ਅੰਦਰ ਪਰਚਾ ਦਰਜ ਹੋਇਆ ਸੀ ਉਸ ਸ਼ਖਸ ਦੇ ਉੱਤੇ ਜਿਹਨੂੰ ਅੱਜ ਲੈ ਕੇ ਸੁਖਬੀਰ ਬਾਦਲ ਉੱਤੇ ਅਤੇ ਉਹ ਪਰਚਾ ਜਿਹੜਾ ਸੁਨੀਲ ਜਾਖੜ ਹੈ ਕਾਂਗਰਸ ਦੇ ਰਾਜ 'ਚ ਨਹੀਂ ਸੁਖਬੀਰ ਬਾਦਲ ਦੇ ਆਪ ਦੇ ਰਾਜ 'ਚ ਪਰਚਾ ਦਰਜ ਹੋਇਆ ਸੀ ਸ਼ਾਇਦ ਸੁਖਬੀਰ ਜੀ ਨੂੰ ਧਿਆਨ ਨਹੀਂ ਜਾਂਚ ਨਹੀਂ ਕਰਦੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਗ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਸਹਿਮਤੀ ਨਾਲ ਬਣ ਰਿਹਾ ਅਤੇ ਪੰਜਾਬ ਵਿੱਚ ਜੋ ਆਪਣੇ ਆਪ ਨੂੰ ਸੁਪਰ CM ਸਮਝਦੇ ਨੇ ਉਹਨਾਂ ਦਾ ਇਸ ਸਭ ਵਿੱਚ ਕੁਝ ਵੀ ਯੋਗਦਾਨ ਨਹੀਂ ਹੈ ਬਲਕਿ ਪੰਜਾਬ ਦੀ ਕਾਂਗਰਸ ਇਹ ਦੱਸੇ ਕਿ ਕਰਤਾਰਪੁਰ ਸਾਹਿਬ ਦਾ ਹਿੱਸਾ ਪਾਕਿਸਤਾਨ ਵਿੱਚ ਕਿਵੇਂ ਚਲਾ ਗਿਆ ਅਤੇ ਉਸ ਸਮੇਂ ਜੇਕਰ ਜਵਾਹਰ ਲਾਲ ਨਹਿਰੂ ਚਾਹੁੰਦੇ
ਤਾਂ ਇਹ ਹਿੱਸਾ ਪਾਕਿਸਤਾਨ ਵਿੱਚ ਨਾ ਜਾਂਦਾ। ਤਰੁਣ ਚੁੱਗ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਵੀ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਸਾਧੇ। ਇਸ ਦੇ ਨਾਲ ਹੀ ਉਹਨਾਂ ਪੰਜਾਬ ਦੇ ਸਿੱਖਿਆ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਜੇ ਤੱਕ ਬੱਚਿਆਂ ਨੂੰ ਗਰਮ ਕੱਪੜੇ ਨਹੀਂ ਦਿੱਤੇ ਗਏ, ਜਦਕਿ ਸਰਦੀ ਖਤਮ ਹੋਣ ਵਾਲੀ ਹੈ। ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਦੀ ਕਾਰਜ ਪ੍ਰਣਾਲੀ 'ਤੇ ਕਈ ਸਵਾਲ ਖੜ੍ਹੇ ਹੁੰਦੇ ਨੇ। ਕਰਤਾਰਪੁਰ ਕੋਰੀਡੋਰ ਬਣੇ, ਬਹੁਤ ਸੁੰਦਰ ਬਣੇ, ਔਰ ਇਹ ਕੋਰੀਡੋਰ ਖੁੱਲ੍ਹੇ, ਇਹਦਾ ਨਿਰਣੇ ਦੋ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਲਿੱਤਾ। ਦੇਸ਼ 'ਚ ਕਈ ਲੋਕ ਭਰਮ ਫੈਲਾ ਰਹੇ, ਔਰ ਖਾਸ ਤੌਰ 'ਤੇ ਪੰਜਾਬ ਕਾਂਗਰਸ ਦੇ ਕੁਛ ਲੀਡਰ ਜਿਹੜੇ ਆਪਣੇ ਆਪ ਨੂੰ ਸੁਪਰ ਚੀਫ ਮਿਨਿਸਟਰ ਤਾਂ ਸਮਝਦੇ ਨੇ, ਲੇਕਿਨ ਉਹ ਸੁਪਰ ਪ੍ਰਾਈਮ ਮਿਨਿਸਟਰ ਬਣਨ ਦੀ ਕੋਸ਼ਿਸ਼ ਕਰ ਰਹੇ। ਦੋ ਦੇਸ਼ਾਂ ਤੋਂ ਉੱਪਰ ਜਿਹੜੀ ਪ੍ਰਾਈਮ ਮਿਨਿਸਟਰ ਦੀ ਤਾਕਤ ਔਰ ਤੋਂ ਉੱਪਰ ਵੀ ਹੋ ਗਏ ਨੇ। ਉਹਨਾਂ ਨੂੰ ਯਾਦ ਰੱਖਣਾ ਚਾਹੀਦਾ, ਇਹ ਜਿਹੜੇ ਨਿਰਣੇ ਹੁੰਦੇ ਨੇ ਡਿਪਲੋਮੈਟਿਕ ਨਿਰਣੇ ਨੇ, ਵਿਦੇਸ਼ ਮੰਤਰਾਲੇ ਔਰ ਦੇਸ਼ ਦੀਆਂ ਸਰਕਾਰਾਂ ਇਹ ਨਿਰਣੇ ਲੈਂਦੀਆਂ। ਔਰ ਨਿਸ਼ਚਿਤ ਰੂਪ 'ਚ ਬਹੁਤ ਸੁੰਦਰ ਕਰਤਾਰਪੁਰ ਕੋਰੀਡੋਰ ਆਧੁਨਿਕ ਚੀਜ਼ਾਂ ਨਾਲ ਲੈਸ ਬਿਊਟੀਫੁੱਲ ਬਣਨ ਜਾ ਰਿਹਾ, ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਸੀਂ ਵਚਨਬੱਧ ਨੇ। ਜਦੋਂ ਉਹਨਾਂ ਨੇ ਸਿੱਕਾ ਜਾਰੀ ਕੀਤਾ ਗੁਰੂ ਨਾਨਕ ਸਾਹਿਬ ਦਾ, ਉਦੋਂ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਕੋਰੀਡੋਰ ਬਣੇਗਾ। ਪੰਜਾਬ ਵਿੱਚ ਅਜੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਨਵਾਂ ਮਾਮਲਾ ਸਾਹਮਣੇ ਆਇਆ ਬਟਾਲਾ ਦੇ ਪਿੰਡ ਧੁੱਪਸੜੀ ਦਾ, ਜਿੱਥੇ ਇੱਕ ਨੌਜਵਾਨ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਦੋਂ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਿਕਿਉਰਿਟੀ ਵਾਲਿਆਂ ਨੇ ਇਸ ਨੌਜਵਾਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਨ ਵਾਲੇ ਕਮਰੇ ਵਿੱਚ ਦੇਖਿਆ ਤਾਂ ਇਹ ਨੌਜਵਾਨ ਉੱਥੋਂ ਭੱਜਣ ਵਿੱਚ ਕਾਮਯਾਬ ਹੋਇਆ, ਪਰ ਸਿਕਿਉਰਿਟੀ ਵਾਲਿਆਂ ਨੇ ਉਸਨੂੰ ਕਾਬੂ ਕਰ ਲਿਆ ਅਤੇ 3 ਘੰਟੇ ਬਾਅਦ ਉੱਥੇ ਪਹੁੰਚੀ ਪੁਲਿਸ ਨੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਫੜਿਆ ਗਿਆ ਨੌਜਵਾਨ ਬਟਾਲਾ ਵਿੱਚ ਤੈਨਾਤ ASI ਦਾ ਬੇਟਾ ਦੱਸਿਆ ਜਾ ਰਿਹਾ। ਦੱਸ ਦਈਏ ਕਿ ਇਹ ਸਾਰੀ ਘਟਨਾ CCTV ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਫੜੇ ਗਏ ਦੋਸ਼ੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਝਗੜਾ ਕਰਕੇ ਆਇਆ ਸੀ ਅਤੇ ਸਰਦੀ ਹੋਣ ਕਾਰਨ ਉਸਨੇ ਗੁਰਦੁਆਰਾ ਸਾਹਿਬ ਵਿੱਚੋਂ ਰਜਾਈ ਚੁੱਕ ਲਈ। ਉੱਥੇ ਹੀ ਮੌਕੇ 'ਤੇ ਪਹੁੰਚੇ ਬਟਾਲਾ ਪੁਲਿਸ ਦੇ DSP ਸਿਟੀ ਪ੍ਰਹਿਲਾਦ ਸਿੰਘ ਦਾ ਕਹਿਣਾ ਹੈ ਕਿ CCTV ਫੁਟੇਜ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਅੰਕਲ ਜੀ, ਸਵੇਰੇ ਨਾ ਐਕਸਾਈਜ਼ ਦੀ ਗੱਡੀ ਲੱਗ ਗਈ ਸੀਗੀ ਸਾਡੇ ਨਾਲ, ਅਤੇ ਉਹ ਛੋਟੇ ਓਵਰਡੋਸ ਕਰਤੀ ਉਹਨੇ ਗੱਡੀ, ਅਸੀਂ ਥਾਣੇ ਗਏ ਸੀਗੇ ਅਤੇ ਮੈਂ ਪਾਪਾ ਨੂੰ ਗੱਲ ਦੱਸੀ ਨਾ, ਮੇਰੇ ਚਪੇੜ ਮਾਰਤੀ ਅਤੇ ਮੈਂ ਗੁੱਸੇ ਨਾਲ ਹੀ ਆਉਣ ਨੂੰ ਆ ਗਿਆ ਅਤੇ ਥੰਡ ਰਹਿਤੀ ਜ਼ਿਆਦਾ ਸੀਗੀ ਅਤੇ ਮੈਂ ਯਾਰ ਦੋਸਤ ਦਾ ਯਾਰ ਲੈ ਕੇ ਅਤੇ ਇੱਥੇ ਗੁਰਦੁਆਰਾ ਸੀਗਾ ਸਾਹਿਬ, ਅਤੇ ਮੈਂ ਬਾਹਰ ਸ਼ੂਜ਼ ਖੋਲ੍ਹੇ ਅਤੇ ਟੋਪੀ ਮਿੱਕ ਹੋਈ, ਮੈਂ ਚੱਲ ਮੈਂ ਕੰਬਲ ਲੈਂਦਾ, ਉੱਧਰ ਪਰਲੇ ਪਾਸੇ ਗਿਆ ਅਤੇ ਇੱਕ ਮੋਟਰਸਾਈਕਲ ਲੱਗਾ ਸੀਗਾ ਪਲੈਟੀਨਾ, ਅਤੇ ਅੰਦਰ ਨਾਲ ਹੀ ਦੂਸਰੇ ਪਾਸੇ ਨਾ ਸਾਰੇ ਸੇਵਾਦਾਰ ਸੁੱਤੇ ਹੋਏ ਸੀਗੇ ਅਤੇ ਮੈਨੂੰ ਟੰਨ ਜ਼ਿਆਦਾ ਲੱਗਣ ਡੀ, ਮੈਂ ਹੁਣ ਮੈਂ ਕੀ ਕਰਾਂ, ਮੈਂ ਚੱਲ ਹੁਣ ਸਵੇਰੇ ਜਦੋਂ ਉੱਠਣਗੇ ਅੰਮ੍ਰਿਤ ਵੇਲੇ ਅਤੇ ਮੈਂ ਇੱਧਰਲੇ ਹੋ ਕੇ ਪਾਸੇ ਹੋ ਕੇ ਸੌ ਜਾਵਾਂਗਾ। ਇੱਧਰ ਉੱਥੇ ਅਲਮਾਰੀ 'ਤੇ ਮੇਰੇ ਕੋਲ ਅਲਮਾਰੀ ਖੁੱਲ੍ਹੀ ਨਹੀਂ, ਅਲਮਾਰੀ ਤਾਂ ਮੈਂ ਨਾ ਥੋੜ੍ਹਾ ਜਿਹਾ ਉਹਦੇ ਨਾਲ ਖੋਲ੍ਹਿਆ ਅਤੇ ਜਿਹੜਾ ਅਤੇ ਅਲਮਾਰੀ ਵਿੱਚੋਂ ਨਾ ਉਹ ਕੰਬਲ ਲੱਗਾ ਕੰਡਨ ਦੇ ਸਮਾਨ ਸਾਰਾ ਬਾਹਰ ਆ ਗਿਆ, ਉਹ ਜਿਹੜੇ ਸਰੂਪੇ ਵੀ ਠੀਕ ਹੈ ਜੀ। ਬੂਆ ਅੰਕਲ ਜੀ ਕੋਈ ਉਹ ਨਹੀਂ, ਜਿਹੜਾ ਫਰੰਟ ਵਾਲਾ ਬੂਆ ਸੀ ਨਾ, ਮੈਂ ਮਾੜਾ ਜਿਹਾ ਹੱਥ ਲਾਇਆ ਅਤੇ ਉਸ ਵੇਲੇ ਖੁੱਲ੍ਹ ਗਿਆ, ਕੋਈ ਉਹ ਤਾਲਾ ਨਹੀਂ, ਮਤਲਬ ਲੋਕ ਜਿਹੜਾ ਢਿੱਲਾ ਹੁੰਦਾ ਨਾ ਉਹ ਹਿਸਾਬ ਨਾਲ ਉਸ ਵੇਲੇ ਪੂਰਾ ਖੁੱਲ੍ਹ ਗਿਆ ਸੀਗਾ, ਕੋਈ ਉਹਦੇ 'ਚੋਂ ਕੰਬਲ ਕੱਢੇ ਸਰੂਪ ਵੀ ਜਿਹੜੇ ਸੀ ਨਾ ਥੱਲੇ ਜਿਹੜੇ ਉੱਪਰ ਚੜ੍ਹਾਈ ਦੇ ਆ ਉਹ, ਫਿਰ ਮੈਂ ਚੁੱਕੇ ਗਏ ਅੰਬੇ 'ਚ ਵਾਪਸ ਰੱਖਤੇ ਵੀ ਉਹ ਆਪ ਹੀ ਕੰਬਲ ਹੀ ਲੈਣੇ ਆ ਮੈਂ ਸਿਰਫ। ਅੰਕਲ ਜੀ ਮੈਂ ਆਪਣੇ ਲਈ ਬੂਟ ਲਖਾ ਲਾ ਕੇ ਗਿਆ ਆ, ਸਿਰ ਟੱਕ ਕੇ ਗਿਆ ਆ, ਕੋਈ ਉਹ ਥੋੜ੍ਹੀ ਕੇ ਬੇਅਦਬੀ ਕਰਨ ਵਾਲੇ ਫਸੇ ਜਾ। ਇਹ ਕੋਈ ਪੁਲਿਸ ਮੁਲਾਜ਼ਮ ਦਾ ਸ਼ਹਿਰ ਦਾ ਆਇਆ, ਰਾਤ ਕੋਈ 1:30 ਵਜੇ ਆਇਆ ਇਹਨੇ ਬੂਹਾ ਅੰਦਰ ਦਾ, ਮਹਾਰਾਜ ਦਾ ਅੰਦਰੋਂ ਕੁੰਡਾ ਲੱਗਾ ਬਾਹਰੋਂ, ਅਤੇ ਇੱਥੇ ਸਾਡਾ ਸੇਵਾਦਾਰ ਵੀ ਹੈ ਰਾਤ, ਜਿਹੜਾ ਫੌਜੀ ਰੱਖਿਆ ਸੀ ਰਾਤ ਚੌਂਕੀਦਾਰ, ਉਹਦੇ ਕੋਲ ਉਹਦਾ ਬਾਹਰ ਮੰਜਾ, ਉਹਦੇ ਕੋਲ ਨਹੀਂ ਗਿਆ ਇਹ, ਸਿੱਧਾ ਮਹਾਰਾਜ ਦੇ ਅੰਦਰ ਕਮਰੇ 'ਚ ਗਿਆ, ਮਹਾਰਾਜ ਦੇ ਉੱਤੇ ਸਰੂਪ 'ਤੇ ਜਿੱਥੇ ਸੱਚਖੰਡ ਹੈ ਉੱਥੇ ਜਾ ਕੇ ਇਹਨੇ ਉਹਦੇ ਤੋਂ ਕੰਬਲ ਲਾਏ ਨੇ, ਕੰਬਲ ਲਾ ਕੇ ਮੁੜ ਕੇ ਥੱਲੇ ਆਇਆ ਇਹ ਬੰਦੇ, ਉਹਨੇ 'ਚ ਉਹਨੂੰ ਜਾਗ ਪਏ ਨੇ ਚੌਂਕੀਦਾਰ ਸਾਡੇ ਸੇਵਾਦਾਰ ਵੀ, ਇਹ ਗੋਲਕ ਦਾ ਵੀ ਡਾਕਾ ਜਾਂ ਗੋਲਕ ਦਾ ਜਾਂ ਮਹਾਰਾਜ ਦੀ ਬੇਅਦਬੀ ਕਰਨ, ਪਤਾ ਨਹੀਂ ਕਿਸੇ ਏਜੰਸੀ ਨੇ ਇਹਨੂੰ ਭੇਜਿਆ, ਮੇਰੇ ਖਿਆਲ 'ਤੇ ਮਹਾਰਾਜ ਦੀ ਉਹ ਗੋਲਕਲ ਨਹੀਂ ਆਇਆ, ਇਹ ਸਿੱਧਾ ਸੱਚਖੰਡ ਉੱਤੇ ਗਿਆ, ਉਹਦਾ ਵੀ ਗੋਲਕ ਦਾ ਵੀ ਤੀਰ ਤੋਰਿਆ ਜਾਂ ਨਹੀਂ ਇਹਦੇ ਕੋਲ ਟੁੱਟਾ ਉਹ, ਅਤੇ ਨਸ਼ੇ ਵਿੱਚ ਆ ਜਾਂ, ਅਤੇ ਇਸ ਕਰਕੇ ਇਹਨੇ ਮਹਾਰਾਜ ਦੀ ਬੇਅਦਬੀ ਦਾ ਵੀ ਕੋਸ਼ਿਸ਼ ਕੀਤੀ ਆ ਜਾਂ ਇਹਨੇ ਪੁਲਿਸ ਵੀ 2 ਘੰਟੇ ਲੇਟ ਆਈ 2-2.5 ਘੰਟੇ ਬਾਅਦ ਪੁਲਿਸ ਵੀ ਆਈ ਹੈ, ਅਤੇ ਪੁਲਿਸ ਮੁਲਾਜ਼ਮ ਹੈ, ਪੁਲਿਸ ਦਾ ਇਹ ਲੜਕਾ ਹੈ, ਪੁਲਿਸ ਵਾਲੇ ਪਤਾ ਨਹੀਂ ਇਹਦੀ ਹੈਲਪ ਕਰਦੇ ਨੇ ਜਾਂ ਕੀ ਗੱਲ ਹੈ, ਇਹ ਪੁਲਿਸ ਵਾਲੇ ਵੀ ਨਹੀਂ ਪਹੁੰਚੇ, ਹੁਣ ਤੱਕ ਇੰਸਪੈਕਟਰਾਂ ਦਾ ਹੀ ਆਉਣ ਲੱਗਾ ਅਤੇ ਅੱਜ ਤੱਕ ਉਹ ਵੀ ਨਹੀਂ ਆਇਆ। ਉਹ 1:30 ਵਜੇ ਦੇ ਕਰੀਬ ਬੰਦਾ ਕਿਤੇ ਆਇਆ ਅੰਦਰ, ਅਤੇ ਇਹ ਹਰਮਨ ਸਿੰਘ ਮੇਰੇ ਨਾਲ ਹੈ ਇੱਥੇ ਬੈਠਾ, ਅਤੇ ਮੈਂ ਉਹਨੂੰ 2 ਵਜੇ ਦੇ ਕਰੀਬ ਦੇਖਿਆ, ਉਹਨੂੰ ਇਹ ਅੰਦਰ ਵੜਿਆ ਹੋਇਆ ਸੀ ਗੁਰਦੁਆਰਾ ਸਾਹਿਬ ਦੇ, ਅਤੇ
ਪਰਦੇ ਨੂੰ ਐਰੋ ਕਰਕੇ ਕਰਜੋ ਕਰ ਰਿਹਾ ਸੀਗਾ ਅਤੇ ਮੈਂ ਇਹਨੂੰ ਉਠਾਇਆ ਹਰਮਨ ਨੂੰ। ਮੈਂ ਹਰਮਨ ਬੰਦਾ ਅੰਦਰ ਵੜ ਗਿਆ ਅਤੇ ਜਦੋਂ ਇਹਨੂੰ ਇਹ ਕਹਿੰਦਾ ਵੀ ਚੱਕ, ਮੈਂ ਜਾ ਕੇ ਇਹ ਉਹ ਗ੍ਰੰਥੀ ਨੂੰ ਠੱਲਣ ਵਾਸਤੇ ਚਲਾ ਗਿਆ ਅਤੇ ਇਹ ਬੰਦਾ ਨੂੰ ਪਤਾ ਲੱਗ ਗਿਆ ਅੰਦਰੋਂ ਜਦੋਂ ਮੈਂ ਭੱਜਾ ਲਲਕਾਰਾ ਮਾਰਿਆ ਅਤੇ ਇਹ ਇੱਧਰੋਂ ਦੀ ਬਾਰੀ ਥਾਣੀ ਜਾ ਕੇ ਇੱਧਰੋਂ ਬਾਹਰ ਨੂੰ ਭੱਜ ਗਿਆ। ਉਹ ਗੇਟ ਤੱਕ ਇਹਦੇ ਮਗਰ ਮੈਂ ਕਿਰਪਾਨ ਲੈ ਕੇ ਗਿਆ ਅਤੇ ਇਹ ਉੱਥੋਂ ਨਿਕਲ ਗਿਆ, ਅੱਗੋਂ ਗਾਇਬ ਹੋ ਗਿਆ। ਉਸ ਤੋਂ ਬਾਅਦ ਅਸੀਂ ਫਿਰ ਚੈੱਕ ਕੀਤਾ, ਜਦੋਂ ਦਿਨ ਚੜਿਆ ਇਹ ਜਾ ਕੇ ਉਹ ਬੰਦਾ ਖੇਤਾਂ 'ਚੋਂ ਮਿਲਿਆ। ਧੁੱਪਸੜੀ ਗੁਰਦੁਆਰਾ ਸਾਹਿਬ ਆ ਰੋਡ ਦੇ ਉੱਤੇ ਹੀ, ਇੱਥੇ ਇਹ ਪਤਾ ਲੱਗਾ ਕਿ ਰਾਤ ਕੋਈ ਬੰਦਾ ਜਿਹੜਾ ਨਾ ਆਸ਼ੀਸ਼ ਪਵਾਰ ਜਿਹੜਾ ਇਹ ਅੰਦਰ ਵੜਿਆ ਸੀ ਇੱਥੇ, ਅਤੇ ਇਹਨਾਂ ਨੇ ਜਿਹੜਾ ਗੁਰੂ ਮਹਾਰਾਜ ਦੇ ਤੋਂ ਜਿਹੜੇ ਆ ਉਹ ਅੰਦਰ ਗੋਲਕ ਵੀ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਆ, ਜੋ ਇਹਨਾਂ ਨੇ ਪਿੰਡਾਂ ਵਾਲਿਆਂ ਦੱਸਿਆ। ਅਤੇ ਇਹਨੇ ਕੁਛ ਮਹਾਰਾਜ ਦੇ ਉੱਤੇ ਸੁੱਕਾ ਸੁੰਡ ਕੋਈ ਕੰਬਲ ਵਗੈਰਾ ਵੀ ਲਾਏ ਨੇ ਲਾ ਕੇ, ਅਤੇ ਜਦੋਂ ਇਹਨਾਂ ਪਤਾ ਲੱਗਾ ਤਾਂ ਇਹ ਭੱਜ ਗਿਆ, ਇਹਨੂੰ ਮੁੜ ਕੇ ਭੱਜ ਕੇ ਮਗਰ ਫੜਿਆ ਇਹਨਾਂ ਨੇ ਸਵੇਰੇ ਉੱਥੇ ਜਾ ਕੇ ਲੁੱਗਿਆ ਸੀ ਪੈਲਸ ਦੇ ਵਿੱਚ। ਪੈਲਸ ਦੇ ਵਿੱਚ ਇਹਨੂੰ ਸਵੇਰੇ ਪੈਲਸ ਵਾਲਿਆਂ ਫੜਿਆ ਅਤੇ ਜਦੋਂ ਇਹਨੂੰ ਪੁੱਛਗਿੱਛ ਕੀਤੀ ਅਤੇ ਇਹ ਗੱਲ ਜਿਹੜੀ ਇਹਦੇ ਨਾਲ ਟੈਲੀ ਕੀਤੀ, ਇਹਨੂੰ ਲਿਆਣ ਕੇ ਇੱਥੇ ਕੀਤਾ, ਇਹ ਉਹੀ ਬੰਦਾ ਨਿਕਲਿਆ ਜਿਹੜਾ ਰਾਤ ਇੱਥੋਂ ਗੁਰਦੁਆਰਾ ਪੁੱਜਾ ਸੀ। ਇੱਥੇ ਪਿੰਡ ਦੇ ਬਿਆਨ ਦੇ ਉੱਤੇ ਜਿਹੜੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ, ਜੋ ਬਿਆਨ ਖੰਡਿਤ ਕਰ ਰਹੀ ਸੀ। ਮੋਗਾ ਪੁਲਿਸ ਨੇ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਦੇ ਬੇਟੇ ਕੁਲਬੀਰ ਸਿੰਘ ਜ਼ੀਰਾ ਦੇ ਸਪੋਟਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ 'ਤੇ ਮੋਗਾ ਦੇ ਥਾਣਾ ਸਿਟੀ ਸਾਊਥ ਵਿੱਚ 2013 ਵਿੱਚ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਦੋਸ਼ੀ ਨੀਰਜ ਕੁਮਾਰ 2015 ਵਿੱਚ ਕੋਰਟ ਤੋਂ ਭਗੌੜਾ ਹੋ ਗਿਆ ਸੀ, ਜਿੱਥੇ ਪੁਲਿਸ ਵੱਲੋਂ ਉਸਦਾ ਇੱਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ। ਉਸ ਮੌਕੇ ਪਿੰਡ ਸੋਢੀ ਤਹਿਸੀਲ ਜ਼ੀਰਾ ਦੇ ਪਿੰਡ ਦੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਨੇ ਸਾਫ਼ ਕੀਤਾ ਕਿ ਨੀਰਜ ਕੁਮਾਰ ਉਹਨਾਂ ਦੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਕੁਲਬੀਰ ਸਿੰਘ ਜ਼ੀਰਾ ਦਾ ਇੱਕ ਆਮ ਸਪੋਰਟਰ ਹੈ, ਨਾ ਕਿ PA। ਸਰਪੰਚ ਨੇ ਕਿਹਾ ਕਿ ਜੋ IG ਛੀਨਾ ਨੂੰ ਲੈ ਕੇ ਮੁੱਦਾ ਬਣਿਆ ਹੋਇਆ, ਇਹ ਘਟਨਾ ਉਸ ਮੁੱਦੇ ਨਾਲ ਜੁੜਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਅਗਰ ਨੀਰਜ ਪਹਿਲਾਂ ਤੋਂ ਭਗੌੜਾ ਸੀ ਤਾਂ ਪੁਲਿਸ ਨੇ ਉਸਨੂੰ ਪਹਿਲਾਂ ਗ੍ਰਿਫਤਾਰ ਕਿਉਂ ਨਹੀਂ ਕੀਤਾ? ਅੱਜ ਸਾਨੂੰ ਸੁਬਹਾ ਪਤਾ ਲੱਗਾ ਜੀ, ਰਾਤ ਸਾਡੇ ਪਿੰਡ ਦਾ ਲੜਕਾ ਜਿਨ੍ਹਾਂ ਦੀ ਰਹਿਸ਼ ਜੀਰੇ ਆ ਗਿੰਨੀ ਸੋਢੀ ਵਾਲਾ, ਉਹਨੂੰ ਪੁਲਿਸ ਮੋਗੇ ਦੀ ਫੜ ਕੇ ਲੈ ਆਈ ਆ, ਅਤੇ ਜਿਨ੍ਹਾਂ ਦਾ ਬੜਾ ਅਸੀਂ ਮੀਡੀਆ ਤੋਂ ਸਾਨੂੰ ਪਤਾ ਲੱਗਾ ਵੀ ਬੜਾ ਰੌਲਾ ਪਾ ਰਹੇ ਆ ਕਿ ਕੁਲਬੀਰ ਸਿੰਘ ਜ਼ੀਰਾ ਦਾ PA ਆ, ਇਹ ਸਿਰਫ ਕੁਲਬੀਰ ਸਿੰਘ ਜ਼ੀਰਾ ਨੂੰ ਬਦਨਾਮ ਕਰਨ ਦੀ ਖਾਤਰ ਉਹਦਾ ਨਾਂ ਜੋੜ ਰਹੇ ਆ। ਇੱਕ ਆਮ ਵਰਕਰ ਆ, ਜਿਵੇਂ ਅਸੀਂ ਆਮ ਵਰਕਰ ਹਾਂ, ਉੱਦਾਂ ਹੀ ਉਹ ਗਿੰਨੀ ਆਮ ਵਰਕਰ ਆ, ਇਸ ਨਾਲ PA ਵਾਲਾ ਉਹਦਾ ਕੋਈ ਸੰਬੰਧ ਨਹੀਂ। ਫਿਰ ਵੀ ਸਾਨੂੰ ਇਸ ਗੱਲ ਦਾ ਖਤਰਾ ਵੀ ਉਹਨੂੰ ਬਦਨਾਮ ਦੀ ਕਰਨ ਦੀ ਖਾਤਰ ਕੋਈ ਤਾਂ ਨਜਾਇਜ਼ ਨਸ਼ਾ ਜਾਂ ਕੋਈ ਨਜਾਇਜ਼ ਹਥਿਆਰ ਪੁਲਿਸ ਪਾ ਸਕਦੀ ਆ, ਇਹ ਸਾਨੂੰ ਇਨਸਾਫ਼ ਦਵਾਇਆ ਜਾਵੇ ਵੀ ਕੋਈ ਵੀ ਉਹਦੇ 'ਤੇ ਵੀ ਕੋਈ ਨਜਾਇਜ਼ ਅਸਲਾ ਜਾਂ ਨਸ਼ੇ ਵਗੈਰਾ, ਨਾ ਹੀ ਕੋਈ ਉਹੋ ਜਿਹਾ ਨਸ਼ਾ ਉਹ ਖਾਂਦਾ, ਨਾ ਹੀ ਇਹੋ ਜਿਹਾ ਮੁੰਡਾ ਗਲਤ ਕੰਮ ਵਾਲਾ, ਉਹਨਾਂ ਜ਼ੀਰੇ ਤੋਂ ਕੀਤਾ ਜੀ। ਅੰਮ੍ਰਿਤਸਰ ਦੀ ਕੋਟ ਖਾਲਸਾ ਪੁਲਿਸ ਨੇ ਇੱਕ ਨਕਲੀ DSP ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਅਤੇ ਫੜੇ ਗਏ ਵਿਅਕਤੀ ਤੋਂ 2 ਰਿਵਾਲਵਰ ਵੀ ਬਰਾਮਦ ਕੀਤੇ ਗਏ ਨੇ। ਪੁਲਿਸ ਦਾ ਕਹਿਣਾ ਹੈ ਕਿ ਇਹ ਨਕਲੀ DSP ਆਮ ਲੋਕਾਂ 'ਤੇ ਆਪਣਾ ਰੋਬ ਚਾੜਦਾ ਸੀ ਅਤੇ ਇੰਨਾ ਹੀ ਨਹੀਂ, ਉਸਨੇ ਆਪਣੇ ਨਾਲ ਇੱਕ ਵਿਅਕਤੀ ਨੂੰ ਵੀ ਇਸ ਮਾਮਲੇ ਵਿੱਚ ਸ਼ਾਮਿਲ ਕੀਤਾ ਹੋਇਆ ਸੀ, ਜਿਸਨੇ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦਾ ਕਾਰਡ ਬਣਾਇਆ ਹੋਇਆ ਸੀ। ਫਿਲਹਾਲ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਅਤੇ ਦੂਜੇ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਨਾ ਕੱਲ੍ਹ ਅਸੀਂ 11:30 ਵਜੇ ਨਾਕਾ ਲਾਇਆ ਅਸੀਂ ਆਪਣੇ ਰੈੱਡ ਅਲਰਟ ਦੇ ਉੱਤੇ, ਨਾ ਮਾਨਯੋਗ CP ਸਾਹਿਬ ਦੀਆਂ ਹਦਾਇਤਾਂ ਮੁਤਾਬਕ ਨਾ ਰੈੱਡ ਅਲਰਟ ਦਾ ਨਾਕਾ ਲੱਗਦਾ, ਅਸੀਂ ਇੱਥੇ ਚੌਂਕ ਦੇ ਵਿੱਚ ਨਾਕਾ ਲਾਇਆ ਹੋਇਆ ਸੀ। ਇੱਕ ਟਾਟਾ ਸਵਾਰੀ ਜਿਹੜੀ ਆ ਉਹ ਇੱਕ ਆਦਮੀ ਲੈ ਕੇ ਘੁੰਮ ਰਿਹਾ ਸੀ, ਨੀਲੀ ਬੱਤੀ ਉਹਨੂੰ ਲੱਗੀ ਹੋਈ ਆ ਚਿੱਟੇ ਰੰਗ ਦੀ, ਉਹਨੂੰ ਸ਼ੱਕ ਦੇ ਬਣਾ ਅਤੇ ਅਸੀਂ ਉਹਨੂੰ ਰੋਕਿਆ। ਜਦੋਂ ਅਸੀਂ ਉਹਨੂੰ ਰੋਕਿਆ ਤੇ ਉਹ ਆਪਣੇ ਆਪ ਨੂੰ ਕਹਿਣ ਲੱਗਾ ਵੀ ਮੈਂ DSP ਹਾਂ। ਉਹਨੇ DSP ਦੇ ਵੀ ਉਹਦੇ ਕੋਲ ਵੀ ਵਿਜ਼ਿਟਿੰਗ ਕਾਰਡ ਵੀ DSP ਦੇ ਵਾਹਵਾ ਸਾਰੇ ਬਣੇ ਆ। ਬਾਅਦ 'ਚ ਅਸੀਂ ਉਹਦੀ ਤਰ ਸਰਚ ਕੀਤੀ ਤਾਂ ਉਹਦੇ ਕੋਲੋਂ ਇੱਕ ਆਈਡੈਂਟੀ ਕਾਰਡ DSP ਦਾ ਨਿਕਲਿਆ। ਹੋਰ ਮੈਂ ਸਾਰੀਆਂ ਡਿਪਾਰਟਮੈਂਟਾਂ ਤੋਂ ਪਤਾ ਕੀਤਾ ਵੀ ਕਿਹੜੀ ਡਿਪਾਰਟਮੈਂਟ ਦਾ DSP ਆ, ਪਰ ਕਿਤੋਂ ਨਹੀਂ ਪਤਾ ਲੱਗਾ ਵੀ ਕਿਸੇ ਡਿਪਾਰਟਮੈਂਟ ਵਿੱਚ ਹੁਣ DSP ਆ। ਉਹਦੀ ਜਦੋਂ ਅਸੀਂ ਤਲਾਸ਼ੀ ਲਈ ਆ, ਤਲਾਸ਼ੀ ਤੋਂ ਇੱਕ 32 ਬੋਰ ਰਿਵਾਲਵਰ ਲੱਭਾ ਵਾ, ਇੱਕ ਉਹਦੇ ਕੋਲੋਂ 315 ਬੋਰ ਦੇ 30 ਜਿਹੜੇ ਰਾਊਂਡ ਲੱਭੇ ਆ, 20 ਉਹਦੇ ਕੋਲੋਂ 12 ਬੋਰ ਦੇ ਕਾਰਤੂਸ ਲੱਭੇ ਆ, ਪਰ ਉਹ ਉਸ ਰੌਂਦਾ ਮੁਤਾਬਕ ਉਹਦੇ ਕੋਲ ਅਸਲਾ ਨਹੀਂ ਮਿਲਿਆ। ਉਹ ਕਹਿੰਦਾ ਇਹ ਜਿਹੜਾ ਅਸਲਾ ਵਾ ਮੈਂ ਆਪਣੇ ਪਿੰਡ ਰੱਖਿਆ ਆ, ਅਤੇ ਬਾਕੀ ਇਹ ਆ ਵੀ ਇੱਕ ਮੈਂ ਆਮ ਤੌਰ 'ਤੇ ਨਿਊਜ਼ੀਲੈਂਡ ਰਹਿੰਦਾ, ਨਿਊਜ਼ੀਲੈਂਡ ਤੋਂ ਆ ਕੇ ਥੋੜ੍ਹੇ ਦਿਨ ਹੋ ਗਿਆ ਮੈਂ ਬਿਮਾਰ ਸੀ, ਕਿਸੇ ਹੋਸਪਿਟਲ ਦਾਖਲ ਰਿਹਾ ਵਾਂ, ਮੈਂ ਜੀ ਗਰੁੱਪ ਆ ਕੋਈ 7G ਗਰੁੱਪ ਉਹਨਾਂ ਕੋਲ, ਮੈਂ ਕਹਿੰਦਾ ਪ੍ਰੋਟੈਕਸ਼ਨ ਵਾਸਤੇ ਬੰਦਾ ਲੈ ਲੈਣਾ। ਕਹਿੰਦਾ ਮੈਂ ਇੱਕ ਮੁਖਵਿੰਦਰ ਸਿੰਘ ਨਾਂ ਦਾ ਗਨਮੈਨ ਲਿਆ ਸੀ। ਜਦੋਂ ਉਹਦਾ ਵਿੱਚ ਡੈਂਟੀ ਕਾਰਡ ਵੇਖਿਆ ਡੈਸ਼ਬੋਰਡ ਦੇ ਵਿੱਚ, ਉਹ ਡੈਂਟੀ ਕਾਰਡ ਜਿਹੜਾ ਵਾ ਹੈੱਡ ਕਾਂਸਟੇਬਲ ਦੀ ਵਰਦੀ ਵਾਲਾ ਵਾ, ਪਰ ਉਹ ਵੀ ਜਾਲੀ ਆ। ਉਹਦਾ ਵੀ ਜਿਹੜਾ ਰਿਵਾਲਵਰ ਇਹਦੇ ਕੋਲੋਂ ਨਿਕਲਿਆ ਆ, ਉਹ ਬੰਦਾ ਜੇ ਭਗੌੜਾ ਵਾ, ਚਲੋ ਉਹਨੂੰ ਕਾਬੂ ਕਰ ਲਾਂਗੇ। ਇਹ ਕੀ ਕਰਦੇ ਆ ਵੀ
ਜਦੋਂ ਗੱਡੀ ਦੇ ਵਿੱਚ ਇੱਦਾਂ ਨਿਕਲਦੇ ਆ ਬਾਹਰ ਭੋਲੇ ਭਾਲੇ ਲੋਕਾਂ ਨੂੰ ਕਹਿ ਦਿੰਦੇ ਆ ਵੀ ਤੁਹਾਨੂੰ ਨਿਊਜ਼ੀਲੈਂਡ ਪਹੁੰਚਾ ਦਾਂਗੇ ਜਾਂ ਤੁਹਾਨੂੰ ਨੌਕਰੀ ਦਿਖਾ ਦਾਂਗੇ। ਇਹ ਡਿਪਟੀ ਸਾਹਿਬ ਆ ਬੰਦੇ ਘੇਰ ਘੇਰ ਕੇ ਲਿਆ ਕੇ ਨਾਲ ਮਿਲਾਉਂਦੇ ਆ, ਕਿਸੇ ਕੋਲ ਐਡਵਾਂਸ 1,00,000 ਰੁਪਈਆ, ਕਿਸੇ ਕੋਲ 2,00,000 ਫੜ ਲੈਂਦੇ ਆ, ਪਰ ਬਾਅਦ ਬਾਅਦ ਵਿੱਚ ਇਹਨਾਂ ਬਾਹਰ ਨਹੀਂ ਕਿਸੇ ਨੂੰ ਵੀ ਭੇਜਦੇ, ਉਹ ਫਿਰ ਲੋਕੀ ਵਿਚਾਰੇ ਇੱਥੇ ਰੋਂਦੇ ਰਹਿੰਦੇ ਰਹਿੰਦੇ ਆ। ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਪੰਜਾਬ ਦੀ ਜਨਤਕ ਸਿੱਖਿਆ ਦਾ ਕਾਣ ਕਰਨ ਵਾਲੇ ਅਤੇ 1 ਦਸੰਬਰ ਨੂੰ ਪਟਿਆਲਾ ਵਿੱਚ ਸਾਂਝਾ ਅਧਿਆਪਕ ਮੋਰਚੇ ਵਿੱਚ ਅਧਿਆਪਕਾਂ ਨਾਲ ਵਾਅਦਾ ਕਰਕੇ ਮੁਕਰਨ ਵਾਲੇ ਸਿੱਖਿਆ ਮੰਤਰੀ ਦਾ ਨਵਾਂ ਸ਼ਹਿਰ ਚੌਂਕ ਫਿਲੌਰ ਵਿੱਚ ਪੁਤਲਾ ਫੂਕਿਆ ਗਿਆ। ਇਸ ਦੇ ਨਾਲ ਹੀ ਅਧਿਆਪਕਾਂ ਨੇ ਭਰਵੀਂ ਰੈਲੀ ਕੀਤੀ, ਜਿਸ ਦੀ ਅਗਵਾਈ ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਜਲੰਧਰ ਦੇ ਕਨਵੀਨਰਾਂ ਨੇ ਸਾਂਝੇ ਤੌਰ 'ਤੇ ਕੀਤੀ। ਸਾਂਝੇ ਅਧਿਆਪਕ ਮੋਰਚਾ ਦੇ ਸੂਬਾਈ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਨੇ ਸਾਂਝਾ ਅਧਿਆਪਕ ਮੋਰਚਾ ਵੱਲੋਂ ਪਟਿਆਲਾ ਵਿੱਚ ਮੋਰਚਾ ਖਤਮ ਕਰਾਉਣ ਸਮੇਂ ਜੋ ਵਾਅਦਾ ਮੀਡੀਆ ਅਤੇ ਅਧਿਆਪਕਾਂ ਦੇ ਸਾਹਮਣੇ ਕੀਤਾ, ਜੇਕਰ ਉਹਨਾਂ ਉਸ ਵਾਅਦੇ ਤੋਂ ਮੁਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਦੁਬਾਰਾ ਪੰਜਾਬ ਵਿੱਚ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਜਿਵੇਂ ਕਿ ਅੱਜ ਸਰ ਸਾਡੇ SSA ਦੇ 5 ਅਧਿਆਪਕ ਜਿਹੜੇ ਆ ਟਰਮੀਨੇਟ ਕੀਤੇ ਗਏ ਆ, ਉਹਦੇ ਖਿਲਾਫ ਜਿਹੜੀ ਆ ਇੱਕ ਜੰਗ ਜਿਹੜੀ ਸ਼ੁਰੂ ਕੀਤੀ ਆ ਕਿ ਸਾਡੇ SSA ਦੇ ਅਧਿਆਪਕ ਜਿਹੜੇ ਇੰਨਾ ਸਟਰਗਲ ਜਿਹੜਾ ਆ ਕਰਨ ਤੋਂ ਬਾਅਦ ਵੀ ਜਿਹੜਾ ਆ ਉਹਨਾਂ ਦੇ ਹੱਥ ਵੱਲੇ ਕੁਝ ਜਿਹੜਾ ਸਰਕਾਰ ਨਹੀਂ ਪਾ ਰਹੀ, ਜਿਸ ਕਰਕੇ ਜਿਹੜਾ ਆ ਸਾਡਾ ਸੰਘਰਸ਼ ਜਿਹੜਾ ਆ ਚੱਲ ਰਿਹਾ ਹੈ ਅਤੇ ਇਹ ਸੰਘਰਸ਼ ਜਿਹੜਾ ਆ ਹੋਰ ਅੱਗੇ ਜਿਹੜਾ ਆ ਜਾਰੀ ਰਹੇਗਾ। 1 ਜਿਹੜਾ ਦਸੰਬਰ ਨੂੰ ਪੰਜਾਬ ਸਕੂਲ ਜਿਹੜਾ ਸਾਂਝਾ ਮੋਰਚਾ ਸੀ ਉਹਦੇ ਧਰਨੇ ਵਿੱਚ ਆ ਕੇ ਇਹ ਵਾਅਦਾ ਕੀਤਾ ਗਿਆ ਸੀਗਾ ਕਿ ਜਿੰਨੀਆਂ ਜਿਹੜੀਆਂ ਜਬਰੀ ਬਦਲੀਆਂ ਕੀਤੀਆਂ ਆ ਉਹ ਰੱਦ ਕੀਤੀਆਂ ਜਾਣਗੀਆਂ, ਔਰ ਸਾਂਝੇ ਅਧਿਆਪਕ ਮੋਰਚੇ ਦੀ ਸਿੱਖਿਆ ਜਿਹੜਾ ਆ ਸਾਡੇ ਮੁੱਖ ਮੰਤਰੀ ਉਹਨਾਂ ਨਾਲ ਮੀਟਿੰਗ ਕਰਾਈ ਜਾਊਗੀ, ਔਰ ਕਿਸੇ ਵੀ ਕਿਸਮ ਦੀ ਜਿਹੜੀ ਵਿਕਟੀਮਾਈਜੇਸ਼ਨ ਆ ਉਹਨੂੰ ਰੱਦ ਕੀਤਾ ਜਾਊਗਾ, ਔਰ ਜਿਹੜਾ SSA ਰਮਸਾ ਕੰਪਿਊਟਰ ਟੀਚਰ ਆ ਜਾਂ ਸਿੱਖਿਆ ਵਲੰਟੀਅਰ ਇਹਨਾਂ ਜਿਹੜੀਆਂ ਤਨਖਾਹਾਂ ਨੇ ਉਹਨਾਂ ਨੂੰ ਵਧਾਇਆ ਜਾਊਗਾ, 5178 ਵਾਲਿਆਂ ਨੂੰ 1 ਜਨਵਰੀ ਤੋਂ ਰੈਗੂਲਰ ਕੀਤਾ ਜਾਊਗਾ। ਅੱਜ ਜਿਹੜਾ ਆ ਸਿੱਖਿਆ ਮੰਤਰੀ ਸਾਰੀਆਂ ਗੱਲਾਂ ਤੋਂ ਮੁੱਕਰ ਗਿਆ ਆ, ਔਰ ਅੱਜ ਉਹਨਾਂ ਨੇ ਹੋਰ ਜ਼ਬਰ ਕਰਨਾ ਸ਼ੁਰੂ ਕਰਤਾ ਆ, ਸਾਡੇ 5 ਸਾਥੀਆਂ ਨੂੰ ਜਿਹੜਾ ਆ ਉਹਨਾਂ ਨੇ ਟਰਮੀਨੇਟ ਕਰਤਾ ਆ। ਸਰਕਾਰ ਜਿਹੜਾ ਆ ਉਹ ਅਧਿਆਪਕਾਂ ਨਾਲ ਗੱਲ ਕਰਨ ਦੀ ਬਜਾਏ ਉਹਨਾਂ 'ਤੇ ਅੰਗਰੇਜ਼ਾਂ ਵਾਲਾ ਜਿਹੜਾ ਆ ਉਹ ਡੰਡਾ ਵਰਤਣਾ ਚਾਹੁੰਦੀ ਆ, ਜਿਹਦਾ ਅਧਿਆਪਕ ਕਦੇ ਵੀ ਜਿਹੜਾ ਬਰਦਾਸ਼ਤ ਨਹੀਂ ਕਰਨਗੇ। ਸੋ ਇਸ ਕਰਕੇ ਅੱਜ ਜਿਹੜਾ ਅਧਿਆਪਕਾਂ ਨੇ ਫਿਰ ਤੋਂ ਲੜਾਈ ਦਾ ਬਿਗਲ ਵਜਾਤਾ ਆ, 3 ਫਰਵਰੀ ਨੂੰ ਜਿਹੜਾ ਆ ਸਾਰੇ ਜਿਹੜੇ ਅਧਿਆਪਕ ਆ ਉਹ ਪਟਿਆਲੇ ਦਾ ਜਿਹੜਾ ਆ ਧਰਨਾ ਉਹਨੂੰ ਉੱਥੇ ਜਾ ਕੇ ਉੱਥੇ ਜਿਹੜਾ ਪੂਰੇ ਦਾ ਪੂਰਾ ਪਟਿਆਲਾ ਆ ਉਹਨੂੰ ਜਾਮ ਕਰਨਗੇ, ਔਰ ਜਿਹੜਾ ਆਪਣੇ ਰੋਸ ਦਾ ਮੁਜ਼ਾਹਰਾ ਕਰਨਗੇ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀ ਫੇਸਬੁੱਕ ID ਤੇ ਵਾਇਰਲ ਹੋ ਰਹੀ ਇੱਕ ਮਹਿਲਾ ਦੀ ਵੀਡੀਓ ਬਾਰੇ ਸਿਮਰਜੀਤ ਸਿੰਘ ਬੈਂਸ ਨੇ ਖੁਲਾਸਾ ਕੀਤਾ। ਉਹਨਾਂ ਕਿਹਾ ਹੈ ਕਿ ਫੇਸਬੁੱਕ ID ਇਹ ਉਹਨਾਂ ਦੀ ਨਹੀਂ ਹੈ, ਉਹਨਾਂ ਦੀ ਫੇਕ ID 'ਤੇ ਇਹ ਵੀਡੀਓ ਪਾਈ ਗਈ ਹੈ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਇਹ ਕੰਮ ਕੀਤਾ ਉਸ ਖਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਮੇਰੀ ਗੱਲ ਸਵੇਰੇ ਗੁਲਜ਼ਾਰ ਸਿੰਘ ਰਣੀਕੇ ਜੀ ਦੇ ਬੇਟੇ ਲਾਲੀ ਰਣੀਕੇ ਦਾ ਮੈਨੂੰ ਫੋਨ ਆਇਆ, ਉਹਨਾਂ ਨਾਲ ਗੱਲ ਹੋਈ। ਬੜਾ ਅਫਸੋਸ ਹੈ ਇਸ ਗੱਲ ਦਾ ਕਿ ਜਿਹੜਾ ਸੋਸ਼ਲ ਮੀਡੀਆ ਦਾ ਦੁਰਵਰਤੋਂ ਹੋ ਰਿਹਾ, ਉਹ ਮੇਰੀ ID ਨਹੀਂ ਹੈਗੀ। ਮੇਰੀ ID ਫੇਸਬੁੱਕ ਨੇ ਵੈਰੀਫਾਈਡ ਕੀਤੀ ਆ, ਬਲੂਟੈਕ ਵਾਲੀ ਆ। ਮੈਂ ਉਹਨਾਂ ਨੂੰ ਵੀ ਦੱਸਿਆ ਲਾਲੀ ਜੀ ਹੋਰਾਂ ਨੂੰ, ਮਾਂ ਸਮਾਨ ਔਰਤ ਬਾਰੇ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਲਿਖ ਦੇਣੀ, ਗਲਤ ਕਿਸੇ ਹੋਰ ਔਰਤ ਦਾ ਚੱਕ ਕੇ ਨਾਮ ਇਹਨਾਂ ਦੇ ਨਾਮ ਜੋੜ ਦੇਣਾ, ਅਸੀਂ ਵੀ ਪੁਲਿਸ ਨੂੰ ਕੰਪਲੇਂਟ ਕਰ ਰਹੇ ਹਾਂ। ਬਹੁਤ ਮਾੜੀ ਗੱਲ ਆ, ਸੋਸ਼ਲ ਮੀਡੀਆ ਨੂੰ ਚੰਗੇ ਵਧੀਆ ਅੱਛੇ ਕੰਮਾਂ ਵਾਸਤੇ ਵਰਤੋ। ਆ ਜਿਹੜਾ ਤੁਸੀਂ ਫੇਕ ਝੂਠੀਆਂ ਇੱਦਾਂ ਦੀਆਂ ਗੱਲਾਂ ਅਫਵਾਹਾਂ ਉਡਾਉਣੀਆਂ ਇਹ ਬੜੀ ਨਿੰਦਣਯੋਗ ਗੱਲ ਹੈਗੀ। ਉਹ FIR ਦਰਜ ਹੋਈ, ਪਰ ਅਫਸੋਸ ਇਸ ਗੱਲ ਦਾ, FIR ਦਰਜ ਕਰਤੀ ਸਾਈਬਰ ਸੈੱਲ ਨੇ, ਅਫਸੋਸ ਇਸ ਗੱਲ ਦਾ ਕਿ ਅੱਜ ਤੱਕ ਉਸ ਦੋਸ਼ੀ ਤੱਕ ਪੁਲਿਸ ਪਹੁੰਚ ਨਹੀਂ ਸਕੀ। ਅਸੀਂ ਆ ਸਵੇਰੇ ਵੀ ਜਿਹੜੀ ਗੁਲਜ਼ਾਰ ਰਣੀਕੇ ਜੀ ਵਾਲੀ ਗਲਤ ਵੀਡੀਓ ਫੇਕ ਵੀਡੀਓ ਹੋਈ ਆ, ਅਸੀਂ ਉਸ ਸਰਦਾਰ ਅਵਤਾਰ ਸਿੰਘ ਮੇਰੇ ਪਾਰਟੀ ਦੇ ਮੀਡੀਆ ਇੰਚਾਰਜ, ਉਹਨਾਂ ਨੇ ਤੁਰੰਤ ਉਸ ਪੇਜ ਦੇ ਉੱਤੇ ਮੈਸੇਜ ਪਾਇਆ ਵੀ ਇਹਨੂੰ ਤੁਰੰਤ ਡਿਲੀਟ ਕਰ ਦੇ, ਤੇਰੇ ਵਿਰੁੱਧ ਕਾਨੂੰਨੀ ਕਾਰਵਾਈ ਸਖ਼ਤ ਕਰਾਵਾਂਗੇ। ਕੋਟਕਪੁਰਾ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਗ੍ਰੰਥੀ ਦੇ ਪਰਿਵਾਰ ਵੱਲੋਂ ਗੁਰਦੁਆਰਾ ਕਮੇਟੀ ਮੈਂਬਰ 'ਤੇ ਦੋਸ਼ ਲਗਾਏ ਜਾ ਰਹੇ ਨੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਉਸ ਨੂੰ ਜ਼ਲੀਲ ਕਰਕੇ ਗੁਰਦੁਆਰਾ ਸਾਹਿਬ ਤੋਂ ਕੱਢਿਆ ਗਿਆ ਸੀ, ਜਿਸ ਨੂੰ ਲੈ ਕੇ ਰਾਜਿੰਦਰ ਕਾਫ਼ੀ ਪਰੇਸ਼ਾਨ ਰਹਿਣ ਲੱਗਾ ਅਤੇ ਇਸੇ ਪਰੇਸ਼ਾਨੀ ਦੇ ਚੱਲਦੇ ਉਸਨੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਗ੍ਰੰਥੀ ਨੇ ਇੱਕ ਸੁਸਾਈਡ ਨੋਟ ਵੀ ਲਿਖਿਆ, ਜਿਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਮ ਲਿਖੇ ਹੋਏ ਨੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਇਹ ਕਲੱਬ ਦੀ ਸਾਡੇ ਪਿੰਡ ਨੂੰ ਬਹੁਤ ਵੱਡੀ ਦੇਣ ਆ ਜੀ। ਪਹਿਲਾਂ ਵੀ ਇਹਨਾਂ ਨੇ ਬਹੁਤ ਇਹ ਚੰਗੇ ਉਪਰਾਲੇ ਕੀਤੇ ਆ ਜੀ, ਜਿਵੇਂ ਸਕੂਲ ਦੇ ਵਿੱਚ ਕਿਲਾ ਮੁਰੰਮਤ ਹੋਈ ਹੈ ਜੀ, ਇਹਨਾਂ ਦੀ ਸਹਿਯੋਗ ਨਾਲ ਹੋਈ ਹੈ ਜੀ। ਕਈ ਸਾਮ ਲੱਟ ਜ਼ਮੀਨਾਂ ਪਈਆਂ ਸੀ ਜੋ ਪੰਚਾਇਤੀ ਸੀਗੇ, ਆਪਣੇ ਹੋਰ ਵੀ ਆਪਣੇ ਸਿਵੇ ਆ ਗਏ ਜਿਵੇਂ ਜੀ ਸ਼ਮਸ਼ਾਨ ਘਾਟ ਆ ਜਾਂਦੇ, ਉੱਥੇ ਵੀ ਇਹਨਾਂ ਵੱਲੋਂ ਬਹੁਤ ਦਰਖਤ ਲਗਾਏ ਗਏ ਨੇ ਜੀ, ਅਤੇ ਫਲਦਾਰ ਬੂਟੇ ਵੀ ਲਗਾਏ ਗਏ ਅਤੇ ਨਾਲ
ਇਹਨਾਂ ਨੇ ਪਾਂਸੀਆਂ ਲਈ ਆਣਲੇ ਵੀ ਲਗਾਏ ਗਏ ਨੇ ਇਹਨਾਂ ਵੱਲੋਂ। ਹੋਰ ਵੀ ਇਹ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਸਮਾਜ ਕੰਮ ਕਰਦੇ ਨੇ ਜੀ। ਇਹਨਾਂ ਦੀ ਅਸੀਂ ਦੇਣ ਨਹੀਂ ਦੇ ਸਕਦੇ, ਪਰ ਸਹਿਯੋਗ ਦੇਵਾਂਗੇ। ਪੰਜੇ ਪੰਚਾਇਤਾਂ ਇਹਨਾਂ ਨਾਲ ਦਿਨ ਰਾਤ ਨਾਲ ਖੜੀਆਂ ਨੇ। ਦੇਖੋ, ਕਲੱਬ ਵੱਲੋਂ, ਟਰਾਈਡੈਂਟ ਵੱਲੋਂ ਅਤੇ ਜਿਹੜੀਆਂ ਪਿੰਡ ਦੀਆਂ ਬਣੀਆਂ ਨਵੀਆਂ ਪੰਚਾਇਤਾਂ, ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਟਰਾਈਡੈਂਟ ਵੱਲੋਂ ਦਿੱਤੇ ਗਏ ਜਿਹੜੇ ਟ੍ਰੀ ਗਾਰਡ ਹੈ ਉਹ ਅਸੀਂ ਸਕੂਲ ਦੇ ਵਿੱਚ ਲਗਾਏ ਹੈ। ਬਹੁਤ ਹੀ ਚੰਗਾ ਉਪਰਾਲਾ ਹੈ ਅੱਜ ਦੇ ਜ਼ਮਾਨੇ ਦੀ, ਅੱਜ ਦੇ ਟਾਈਮ ਦੀ ਇੱਕ ਵੱਡੀ ਲੋੜ ਹੈ ਇਹ, ਜਿਹੜੀ ਵਾਤਾਵਰਣ ਦੀ ਸੰਭਾਲ ਦੇ ਲਈ ਪੌਦੇ ਲਗਾਉਣੇ ਅਤੇ ਉਹਨਾਂ ਦੀ ਸਾਂਭ ਸੰਭਾਲ, ਇਹ ਬਹੁਤ ਹੀ ਇੱਕ ਅਹਿਮ ਵਿਸ਼ਾ ਹੈ ਜਿਹਦੇ ਵਿੱਚ ਕਲੱਬ ਵਾਲਿਆਂ ਨੇ, ਟਰਾਈਡੈਂਟ ਕੰਪਨੀ ਤੋਂ ਆਏ ਹੋਏ ਨੁਮਾਇੰਦਿਆਂ ਨੇ ਔਰ ਪਿੰਡ ਦੀਆਂ ਪੰਚਾਇਤਾਂ ਦੇ ਮੁਖੀ, ਸਰਪੰਚ, ਮੈਂਬਰਸ, ਉਹਨਾਂ ਸਾਰਿਆਂ ਨੇ ਬਹੁਤ ਹੀ ਸਹਿਯੋਗ ਦਿੱਤਾ ਹੈ। ਅੱਜ ਅਸੀਂ ਟਰਾਈਡੈਂਟ ਦੁਆਰਾ ਦਿੱਤੇ ਗਏ ਟ੍ਰੀ ਗਾਰਡ ਲਾਏ ਨੇ ਪਿੰਡ ਵਿੱਚ, ਅਤੇ ਉਸ ਤੋਂ ਬਾਅਦ ਅਸੀਂ ਜੀ 10-15 ਪਿੰਡਾਂ ਵਿੱਚ ਆਲਣੇ ਲਾ ਚੁੱਕੇ ਹਾਂਗੇ। ਹੁਣ ਅਸੀਂ ਜ਼ਿਲ੍ਹੇ ਦੇ ਵਿੱਚ ਪੂਰੇ 'ਚ ਆਲਣਿਆਂ ਦਾ ਕੰਮ। ਜਲੰਧਰ ਵਿੱਚ ਇੰਪਰੂਵਮੈਂਟ ਟਰੱਸਟ ਨੇ ਲਤੀਫਪੁਰਾ ਵਿੱਚ ਜ਼ਮੀਨ ਖਾਲੀ ਕਰਵਾਉਣ ਦੀ ਪ੍ਰਕਿਰਿਆ ਨੂੰ ਫਿਲਹਾਲ ਰੋਕ ਦਿੱਤਾ ਹੈ। ਟਰੱਸਟ ਵੱਲੋਂ ਹੁਣ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇੰਪਰੂਵਮੈਂਟ ਟਰੱਸਟ ਜਲੰਧਰ ਪ੍ਰਸ਼ਾਸਨ ਅਤੇ ਪੁਲਿਸ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟਰੱਸਟ ਇੰਜੀਨੀਅਰ ਨੇ ਕਿਹਾ ਕਿ ਵਿਭਾਗ ਨੇ ਉਹਨਾਂ ਨੂੰ ਟਰੱਸਟ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਦੇ ਹੁਕਮ ਦਿੱਤੇ ਨੇ। ਨਿਸ਼ਾਨਦੇਹੀ ਤੋਂ ਬਾਅਦ ਜੋ ਜਗ੍ਹਾ ਟਰੱਸਟ ਦੇ ਅਧੀਨ ਆਉਂਦੀ ਹੈ ਉਸ 'ਤੇ ਕਾਰਵਾਈ ਹੋ ਕੇ ਰਹੇਗੀ। ਉੱਧਰ ਪੁਲਿਸ ਅਧਿਕਾਰੀਆਂ ਸੁਰੱਖਿਆ ਦੇ ਪੂਰੇ ਪ੍ਰਬੰਧ ਦੀ ਗੱਲ ਕਹਿ ਰਹੇ ਨੇ। ਦੱਸ ਦਈਏ ਕਿ ਟਰੱਸਟ ਦੀ ਜਿਸ ਜ਼ਮੀਨ 'ਤੇ ਲਤੀਫਪੁਰਾ ਵਸਿਆ ਹੋਇਆ ਉਸ ਜ਼ਮੀਨ ਦੀ ਕੀਮਤ 70 ਕਰੋੜ ਰੁਪਏ ਤੋਂ ਜ਼ਿਆਦਾ ਹੈ ਅਤੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਰੱਸਟ ਨੂੰ ਨਿਰਦੇਸ਼ ਦਿੱਤੇ ਸੀ ਕਿ ਜ਼ਮੀਨ ਖਾਲੀ ਕਰਵਾਈ ਜਾਵੇ। ਪਰ ਦੂਜੇ ਪਾਸੇ ਲਤੀਫਪੁਰੇ ਦੇ ਲੋਕਾਂ ਦੇ ਪ੍ਰਤੀਨਿਧੀ ਮਨਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਦੀ ਧੱਕੇਸ਼ਾਹੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦੂਜੇ ਪਾਸੇ ਇੱਥੇ ਹੋਏ ਟਕਰਾਵ ਨੇ ਪੁਲਿਸ ਦੇ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਗੋਲ ਜੀ ਗੱਲ ਹੋਈ ਹੈ, ਠੀਕ ਹੈ, 8-10 ਦਿਨ ਟਾਈਮ ਕਿਹਾ ਉਹਨਾਂ ਨੇ, ਪਰ 8-10 ਦਿਨ ਟਾਈਮ ਨਾਲ ਲਾਦਾ ਹੁਣ ਇਹਨਾਂ ਨੇ ਨਿਸ਼ਾਨਦੇਹੀ ਕਰ ਲਈ ਹੈ। ਹਾਂਜੀ, ਦੇਖੋ ਜੀ, ਜੋ ਇਹ ਨਿਸ਼ਾਨਦੇਹੀ ਹੈਗੀ ਹੈ, ਇਸ ਨਿਸ਼ਾਨਦੇਹੀ ਨੂੰ ਲੋਕ ਬਿਲਕੁਲ ਮੰਨਣ ਨੂੰ ਤਿਆਰ ਨਹੀਂ। ਆਪਾਂ ਬਿਲਕੁਲ ਮੰਨਣ ਤਿਆਰ ਨੇ ਕਿ ਜੇ ਨਿਸ਼ਾਨਦੇਹੀ ਕਰਨੀ ਹੈ ਤਾਂ ਮਾਲ ਮਹਿਕਮਾ ਨਿਸ਼ਾਨਦੇਹੀ ਕਰੇ, ਅਤੇ ਤਾਂ ਇਹ ਲੋਕਾਂ ਦੀ ਸੈਟਿਸਫਾਈ ਹੈਗੀ ਹੈ। ਔਰ ਜਿਹੜੀ ਨਿਸ਼ਾਨਦੇਹੀ ਕਿਹਨੂੰ ਕਹਿੰਦੇ ਹਾਂ ਆਪਾਂ, ਮੇਰੀ ਗੱਲ ਸੁਣੋ ਨਾ, ਦੇਖੋ ਦੋਸਤ, ਕੋਈ ਇੱਦਾਂ ਨਿਸ਼ਾਨਦੇਹੀ ਕੀਤੀ ਨਾ ਜੀ, ਪਹਿਲਾਂ ਕੋਈ ਗੱਲ ਨਹੀਂ ਹੁੰਦੀ ਰਹੀ। ਐਤਕਾਂ ਆਏ ਨੇ ਪਿੱਛੇ ਹੋਰ ਫੀਤਾ ਮਾਰਦੇ ਸਨ, ਐਤਕਾਂ ਉਹ ਫੀਤਾ ਮਾਰ ਗਏ ਨੇ ਕਿ ਜਿਹੜੀ ਬਾਕੀ ਲੋਕਾਂ ਦੀ ਹੈਗੀ ਹੈ ਨਾ, ਕਹਿੰਦੇ ਉਹ ਵੀ ਸਾਡੀ ਹੈ। ਪਹਿਲਾਂ ਮਾੜੇ ਥੋੜ੍ਹੀ ਮਤਲਬ ਕਬਜ਼ਾ ਸ਼ੋਅ ਕਰਦੇ ਸੀ ਆਪਣਾ ਕਿ ਸਾਡੇ ਕੋਲ ਮਤਲਬ 40-50 ਫੁੱਟ ਜਗ੍ਹਾ ਤੁਹਾਡੇ ਨਿਕਲਦੀ ਹੈ, ਹੁਣ ਨਿਕਲਦੀ ਤਾਂ ਹੈ ਨਹੀਂ ਹੈ। ਪਰ ਹੁਣ ਕਹਿ ਪ੍ਰਸ਼ਾਸਨ ਜਿਹੜਾ ਫੈਸਲਾ, ਪਹਿਲੀ ਗੱਲ ਤਾਂ ਹੋਣੀ ਜਿਹੜਾ ਜੋ ਕਿ ਕਰਕੇ ਬੜਾ ਗਲਤ ਕਰਕੇ ਗਈ ਹੈ। ਪਹਿਲਾਂ ਸਵੇਰੇ ਮਤਲਬ ਕਹਿੰਦੇ ਸੀ ਡਿਮੋਲਿਸ਼ ਕਰਨਾ, ਧੱਕੇ ਨਾਲ ਮਤਲਬ ਲੋਕਾਂ ਨੂੰ ਸੰਧਾਪ ਜਾ ਕੇ ਤਾਂ ਲੈ ਕੇ ਆਏ, ਕਹਿੰਦੇ ਮੁੜ ਕੇ ਤਾਂ ਡਿਮਾਰਕੇਸ਼ਨ ਕਰਕੇ, ਡਿਮਾਰਕੇਸ਼ਨ ਕਰਨੀ, ਡਿਮਾਰਕੇਸ਼ਨ ਆਪਣੇ ਇਲਾਕੇ 'ਚ ਕਰੋ ਤੁਸੀਂ, ਜਿਹੜਾ ਤੁਹਾਡਾ ਏਰੀਆ ਹੈਗਾ, ਤੁਹਾਡਾ 16-8 ਬੰਦੇ ਜਿਹੜਾ ਏਰੀਆ ਬੰਦਾ ਹੈ, ਤੁਸੀਂ ਡਿਮਾਰਕੇਸ਼ਨ ਕਰੋ। ਜੇ ਘੱਟਦਾ ਤੁਸੀਂ ਉਰਲੇ ਪਾਸੇ ਨੂੰ ਆਓ। ਪਰ ਉਹਨਾਂ ਨੇ ਕੰਮ ਹੀ ਉਲਟਾ ਕੀਤਾ ਹੈ ਕਿ ਡਿਮਾਰਕੇਸ਼ਨ ਜਿਹੜੀ ਹੈਗੀ ਹੈ, ਮਤਲਬ ਕਿ ਜਿੱਧਰੋਂ ਕਰਨੀ ਸੁਧਰੋਂ ਨਹੀਂ ਕੀਤੀ, ਬਕਾਇਦਾ ਕਹਿੰਦਾ ਕਿ ਇੱਥੋਂ ਹੈਗਾ ਜਿਹੜੀ ਕਹਿੰਦੇ ਸਾਡੀ ਜਗ੍ਹਾ 8 ਮਰਲੇ 8 ਕਨਾਲ ਹੈਗੀ ਹੈ ਜਾਂ 11 ਕਨਾਲ ਹੈਗੀ ਹੈ ਜਾਂ 16 ਕਨਾਲ ਹੈਗੀ ਹੈ, ਉਹ ਤਾਂ ਇੱਕ ਪਾਸੇ ਰਹਿ ਗਈ, 16-8 ਮਰਲੇ ਤਾਂ ਇੱਕ ਪਾਸੇ ਰਹਿ ਗਈ, ਉਹ ਬਾਕੀ ਜਗ੍ਹਾ ਜਿਹੜੀ ਹੈਗੀ ਉੱਥੇ ਵੀ ਮਤਲਬ ਕਿ ਉਹ ਕਾਬਜ਼ ਹੋਣਾ ਚਾਹੁੰਦੇ ਆ। ਸਾਡਾ ਇਹ ਸਨੀ ਨਾਮ ਸਨੀ ਸਿੰਘ। ਹਾਂਜੀ ਹਾਂਜੀ, ਇਹ ਜੀ ਨਿਸ਼ਾਨਦਾਹੀ ਕਰਨ ਆਏ ਆ, ਸਾਨੂੰ ਇੱਧਰ ਨੂੰ ਬੁਲਾ ਲਿਆ ਤੇ ਆਪ ਵਿੱਚ ਮਸ਼ੀਨਾਂ ਚਲਾ ਲਈਆਂ ਤੇ ਕਾਰਵਾਈ ਕਰਦੀ ਪਈ ਸਾਡੇ ਨਾਲ। ਅਸੀਂ 70 ਸਾਲ ਤੋਂ ਇੱਥੇ ਰਹਿੰਦੇ ਜੀ, ਸਾਡੇ ਨਾਲ ਧੱਕਾ ਹੋ ਰਿਹਾ, ਨਾ ਸਾਨੂੰ ਕੋਈ ਜਗ੍ਹਾ ਦਿੱਤੀ ਜਾ ਰਹੀ ਹੈ। ਛੋਟੇ ਛੋਟੇ ਬੱਚੇ ਆ, ਬਜ਼ੁਰਗ ਆ, ਕਿੱਥੇ ਜਾਣਗੇ? ਕਿੰਨੇ ਪਰਿਵਾਰ ਹੈ, ਕਿੰਨੇ ਬੰਦੇ ਹੈਗੇ ਨੇ ਸਾਰੇ? ਸਾਰੇ ਮਿਸਟਰ ਬਾਜਵਾ, ਸਾਡੀ ਨਹੀਂ ਹੋਈ, ਮਤਲਬ ਜਿਹੜੇ ਸਾਡੀ ਐਡਮਿਨਿਸਟ੍ਰੇਸ਼ਨ ਹੈ, ਮਿਸਟਰ ਬਾਜਵਾ ਜੀ ਨੇ, ਆਪਣੇ ਐਮ ਸੀ ਨੇ, ਮਿਸਟਰ ਮੈਡਮ ਅਰੋੜਾ, ਡੀ ਸੀ ਸਾਹਿਬ, ਕਮਿਸ਼ਨਰ ਸਾਹਿਬ, ਮੈਡਮ ਈ ਓ, ਐੱਸ ਐੱਸ ਪੀ ਸਾਹਿਬ, ਇਹਨਾਂ ਸਾਰੀਆਂ ਐਡਮਿਨਿਸਟ੍ਰੇਸ਼ਨ ਦੀ ਗੱਲਬਾਤ ਉਹਨਾਂ ਦੇ ਬੈਠ ਕੇ ਹੋਈ ਸਵੇਰੇ। ਅੱਛਾ ਸਰ, ਇੱਕ ਗੱਲ ਦੱਸੋ, ਤੁਸੀਂ ਕਿਹਾ ਕਿ ਸਾਨੂੰ ਪਹਿਲਾਂ ਹੀ ਪਤਾ ਕਿ ਨਿਸ਼ਾਨਦੇਹੀ ਸਾਡੀ ਏਰੀਆ ਜਗ੍ਹਾ ਕਿਹੜੀ ਕਿਹੜੀ ਹੈਗੀ ਹੈ। ਡੈਫੀਨੇਟਲੀ, ਠੀਕ ਹੈ ਜੀ। ਹੁਣ ਤੁਸੀਂ ਫੇਰ ਕਰਨ ਲੱਗੇ ਹੋ ਕਿ ਅਸੀਂ ਨਿਸ਼ਾਨਦੇਹੀ ਕਰਨ ਲੱਗੇ ਹਾਂ, ਸਵੇਰੇ ਤੁਸੀਂ ਕਾਰਵਾਈ ਕੀਤੀ, ਨਤੀਜਾ ਤੁਸੀਂ ਦੇਖ ਲਿਆ, ਹੁਣ ਜਗ੍ਹਾ ਵੀ ਉਹੀ ਹੋਊਗੀ, ਨਿਸ਼ਾਨਦੇਹੀ ਵੀ ਉਹੀ ਹੋਊਗੀ ਜਿਹੜੀ ਤੁਹਾਡੇ ਕੋਲ ਪਹਿਲਾਂ ਸੀਗੀ। ਜੇਕਰ ਇੱਥੇ ਕੋਈ ਘਟਨਾ ਵਾਪਰਦੀ ਹੈ, ਜ਼ਿੰਮੇਵਾਰ ਕੌਣ ਹੈ? ਦੇਖੋ ਜੀ, ਸਾਨੂੰ ਜਿੱਦਾਂ ਡਾਇਰੈਕਸ਼ਨਸ ਹੋਈਆਂ ਕਿ ਤੁਸੀਂ ਜਾ ਕੇ ਇੱਕ ਵਾਰੀ ਦੁਬਾਰਾ ਨਿਸ਼ਾਨ ਲਗਾਓ, ਅਸੀਂ ਇਸ ਕਰਕੇ ਆਏ ਹਾਂ ਸੁਪਰੀਮ ਕੋਰਟ ਤੱਕ ਜਿਹੜੇ ਸਾਰੇ ਕੇਸ ਜਿਹੜੇ ਟਰੱਸਟ ਦੇ ਹੱਕ ਵਿੱਚ ਨੇ, ਐਜ਼ ਪਰ ਆਰਡਰਸ ਐਂਡ ਡਾਇਰੈਕਸ਼ਨਸ ਆਫ ਦਾ ਸੁਪਰੀਮ ਕੋਰਟ ਐਜ਼ ਵੈਲ ਐਜ਼ ਐਡਮਿਨਿਸਟ੍ਰੇਸ਼ਨ, ਅਸੀਂ ਇੱਥੇ ਜਿਹੜੇ ਨਿਸ਼ਾਨ ਲਗਾਉਣੇ ਆ ਵੀ ਸਾਡੀ ਕਿੱਥੇ ਜਗ੍ਹਾ ਆਉਂਦੀ ਹੈ, ਉਹ ਨਿਸ਼ਾਨ ਕਿ ਇੱਥੇ ਕਾਰਵਾਈ ਹੋਊਗੀ।
ਬਿਲਕੁਲ ਹੋਊਗੀ ਜੀ ਕਾਰਵਾਈ। ਨਿਸ਼ਾਨਦੇਹੀ ਹੈ ਹੀ ਨਹੀਂ, ਉਹ ਗਲਤ ਨਿਸ਼ਾਨਦੇਹੀ ਆ। ਨਿਸ਼ਾਨਦੇਹੀ ਹੁੰਦੀ ਆ ਪ੍ਰੋਪਰ ਕਿਸੇ ਪੱਥਰ ਨੂੰ ਮੰਨ ਕੇ, ਜਿੱਥੇ ਜਿਹੜੀ ਚੀਜ਼ ਨੂੰ ਮੰਨ ਕੇ, ਕਿਸੇ ਦੀਵਾਰ ਨੂੰ ਜਾਂ ਕਿਸੇ ਮਸੀਤ ਨੂੰ ਮੰਨ ਕੇ ਨਿਸ਼ਾਨਦੇਹੀ ਹੁੰਦੀ ਆ, ਨਾ ਕਿ ਤੁਸੀਂ ਹਲੇ ਛੋਟੀ ਉਮਰ 'ਚੋਂ ਰੈਵਨਿਊ ਜਿਹੜਾ ਰਿਕਾਰਡ ਨੂੰ ਜਿਹੜੇ ਬੰਦੇ ਜਾਣਕਾਰ ਆ ਉਹ ਇਹ ਗੱਲ ਕਹਿੰਦੇ ਆ ਵੀ ਕਿਸੇ ਪੱਥਰ ਨੂੰ ਮੰਨ ਕੇ ਨਿਸ਼ਾਨਦੇਹੀ ਹੋਣੀ ਹੈ। ਉਸ ਤਰੀਕੇ ਦੇ ਨਾਂ 'ਤੇ ਕੋਈ ਨਿਸ਼ਾਨਦੇਹੀ ਹੋ ਹੀ ਨਹੀਂ ਰਹੀ। ਉਸ ਤਰੀਕੇ ਨਾਲ ਨਿਸ਼ਾਨਦੇਹੀ ਹੋਵੇ ਅਸੀਂ ਤਿਆਰ ਹਾਂ। ਅਸੀਂ ਮੈਂ ਰਜਿਸਟਰੀਆਂ ਦਿਖਾਉਣ ਵਾਸਤੇ ਗਿਆ ਸੀ ਅਤੇ ਮੈਨੂੰ ਅਫਸਰਾਨਾ ਨੇ ਜਿਹੜਾ ਇਨਕਾਰ ਕਰ ਦਿੱਤਾ ਰਜਿਸਟਰੀਆਂ ਦੇਖਣ ਤੋਂ। ਮੇਰਾ ਮੈਂ ਬੋਨਾ ਪਾਰਟੀ ਕਾਰਪੋਰੇਸ਼ਨ ਧੱਕਾ ਕਰ ਰਹੀ ਆ, ਔਰ ਇਹ ਧੱਕਾ ਜਿਹੜਾ ਵਾ ਉਹ ਕਰਨਾ ਨਹੀਂ ਚਾਹੀਦਾ। ਅਸੀਂ ਪਰਚੇਜ਼ਰ ਹਾਂ, ਬੋਨਾ ਫਾਈਡ ਪਰਚੇਜ਼ਰ ਹਾਂ, ਸਾਬਤ ਕਰਨ ਜੇ ਉਹਨਾਂ ਦੀ ਚੀਜ਼ ਆ ਲੈ ਜਾਣ। ਅਸੀਂ ਕੋਈ ਛੱਡਣ ਨੂੰ ਤਿਆਰ ਹਾਂ, ਪਰ ਇਹ ਆਹ ਤਾਂ ਧੱਕਾ ਦੇਖੋ ਰਾਮ ਜਨਮ ਭੂਮੀ ਆ, ਤੁਸੀਂ ਦੇਖੋ। 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਕਪੂਰਥਲਾ ਦੇ ਪਿੰਡ ਡਬਈ ਵਿਖੇ ਬਾਬਾ ਸਰਸਾ ਸਿੰਘ ਦੀ ਯਾਦ ਵਿੱਚ ਖੂਹ ਦੌੜਾਂ ਦਾ ਵੱਡਾ ਆਯੋਜਨ ਕੀਤਾ ਗਿਆ। ਇਹਨਾਂ ਮੁਕਾਬਲਿਆਂ ਵਿੱਚ 60 ਦੇ ਕਰੀਬ ਜੋਗਾਂ ਨੇ ਭਾਗ ਲਿਆ ਅਤੇ 1 ਤੋਂ 17 ਨੰਬਰ ਤੱਕ ਆਉਣ ਵਾਲੀਆਂ ਜੋਗਾਂ ਦੇ ਮਾਲਕਾਂ ਨੂੰ ਲੱਖਾਂ ਰੁਪਏ ਦੇ ਇਨਾਮ ਦਿੱਤੇ ਗਏ। ਦੇਰ ਰਾਤ ਤੱਕ ਚੱਲੇ ਖੂਹ ਦੌੜ ਮੁਕਾਬਲਿਆਂ ਵਿੱਚ ਸਵਰਨ ਸਿੰਘ ਮਲੀਆ ਦੀ ਜੋਗ ਨੇ 70 ਗੇੜੇ ਅਤੇ 5.5 ਫੁੱਟ ਦੀ ਦੂਰੀ ਤੈਅ ਕਰਕੇ ਪਹਿਲਾ ਸਥਾਨ ਹਾਸਿਲ ਕਰਦੇ ਹੋਏ ਬੁਲਟ ਮੋਟਰਸਾਈਕਲ, ਸੋਨੇ ਦਾ ਕੜਾ, ਘਿਓ ਦਾ ਪੀਪਾ ਅਤੇ ਨਕਦ ਇਨਾਮ ਜਿੱਤਿਆ। ਇਹਨਾਂ ਮੁਕਾਬਲਿਆਂ ਵਿੱਚ ਜੇਤੂਆਂ ਨੂੰ 9 ਮੋਟਰਸਾਈਕਲ, 9 ਸੋਨੇ ਦੇ ਕੜੇ ਅਤੇ ਨਕਦ ਇਨਾਮ ਦਿੱਤੇ ਗਏ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਬਾਬਾ ਸਰਜਾ ਸਿੰਘ ਦੇ ਅਸਥਾਨ 'ਤੇ ਹਰ ਸਾਲ ਮਾਘੀ ਦੇ ਮੇਲੇ ਮੌਕੇ ਖੂਹ ਦੌੜਾਂ ਦਾ ਆਯੋਜਨ ਕਰਕੇ ਪੰਜਾਬ ਦੀ ਇਸ ਪੁਰਾਤਨ ਖੇਡ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰਦੁਆਰਾ ਸਾਹਿਬ ਸੰਤ ਬਾਬਾ ਸਰਜਾ ਸਿੰਘ ਜੀ, ਪਿੰਡ ਬਈ, ਜ਼ਿਲ੍ਹਾ ਕਪੂਰਥਲਾ। ਅਸੀਂ ਆਪਣੇ ਨਗਰ ਵਿੱਚ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਮਾਘੀ ਦੇ ਮੇਲੇ 'ਤੇ ਹਲਟਾਂ ਦੀ ਦੌੜਾਂ ਕਰਵਾਉਂਦੇ ਹਾਂ, ਜੋ ਬਹੁਤ ਉਤਸ਼ਾਹ ਦੇ ਨਾਲ ਕਰਾਈਆਂ ਜਾਂਦੀਆਂ ਹਨ। 10-15 ਲੱਖ ਦਾ ਤਕਰੀਬਨ ਇਹ ਪੈਸੇ ਹੋ ਜਾਂਦੇ ਹਨ, ਜਿਨ੍ਹਾਂ ਦੇ ਅਸੀਂ ਇਨਾਮ ਇਹਨਾਂ ਜਿੱਤਣ ਵਾਲੀਆਂ ਜੋਗਾਂ ਨੂੰ ਦਿੰਦੇ ਹਾਂ। ਹਰ ਸਾਲ ਬੜੇ ਉਤਸ਼ਾਹ ਦੇ ਨਾਲ ਨਗਰ ਨਿਵਾਸੀ, ਕਮੇਟੀ ਮੈਂਬਰ ਔਰ ਸਾਡੇ ਹੋਰ ਪਦਵੰਤੇ ਸੱਜਣ NRI ਵੀਰ, ਉਹ ਵੀ ਬਹੁਤ ਜ਼ਿਆਦਾ ਮਾਇਆ ਦਾ ਦੇਣਾ ਕਰਦੇ ਹਨ। ਸੋ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਹੁੰਦੇ ਹਨ। ਕਿੰਨੇ ਸਾਲ ਹੋ ਗਏ ਕਰਵਾਉਂਦੇ ਹੋ? ਇਹ ਤਕਰੀਬਨ 70-80 ਸਾਲ ਹੋ ਗਏ ਜੀ। ਸੰਤ ਸਾਡੇ ਨਗਰ ਦੇ ਹੀ ਜ਼ਿਮੀਦਾਰ ਪਰਿਵਾਰਾਂ ਦੇ ਵਿੱਚੋਂ ਹਨ ਅਤੇ ਉਹਨਾਂ ਦੇ ਸਮੇਂ ਤੋਂ ਹੀ ਇਹ ਹੋ ਰਿਹਾ ਹੈ ਜੀ। ਜੋ ਸਲਾਨਾ ਜੋੜ ਮੇਲਾ ਆ, ਇਹ ਹਰ ਸਾਲ 40 ਮੁਕਤਿਆਂ ਦੀ ਯਾਦ ਵਿੱਚ ਕਰਵਾਇਆ ਜਾਂਦਾ ਆ, ਜਿੱਦਾਂ ਮੇਲਾ ਮਾਘੀ ਅਤੇ ਖੂਹ ਦੌੜਾਂ ਹੁੰਦੀਆਂ। ਸੋ ਵੱਡੇ ਇਨਾਮ ਰੱਖੇ ਜਾਂਦੇ ਆ, ਜਿਵੇਂ ਅਗਲੇ ਸਾਲ ਕਾਰ ਆ, ਇਸ ਸਾਲ ਬੁਲਟ ਮੋਟਰਸਾਈਕਲ ਆ, 7-8 ਹੋਰ ਮੋਟਰਸਾਈਕਲ ਆ, ਸੋਨੇ ਦੇ ਕੜੇ ਆ। ਬੜਾ ਸੰਗਤਾਂ 'ਚ ਉਤਸ਼ਾਹ ਆ, ਬੜੇ ਪਿਆਰ ਨਾਲ ਲੋਕਾਂ ਵਾਲੇ ਵੀਰ ਭਜਾਉਂਦੇ ਆ। ਸੋ ਅਸੀਂ ਜਿੰਨੇ ਮੇਰੇ ਵੀਰ ਇੱਥੇ ਆਉਂਦੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਬਾਹਰੋਂ ਬੜੇ ਨਾਮ ਆਉਂਦੇ ਨੇ, ਬਾਹਰਲੇ ਪਿੰਡਾਂ ਤੋਂ, ਪਿੰਡ ਦੇ NRI ਵੀਰ ਅਤੇ ਹੋਰ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ, ਜਿਹੜੇ ਇਸ ਮੇਲੇ ਨੂੰ ਬੜਾ ਵੱਡੇ ਪੱਧਰ 'ਤੇ ਲਿਜਾ ਰਹੇ ਆ। ਸੋ ਪਿਛਲੇ ਸਾਲ ਵੀ 9 ਮੋਟਰਸਾਈਕਲ ਸੀਗੇ, ਇਸ ਵਾਰ 8 ਮੋਟਰਸਾਈਕਲ ਨੇ, ਅਗਲੀ ਵਾਰ ਨੂੰ ਕਾਰ ਅਤੇ ਬੁਲਟ ਮੋਟਰਸਾਈਕਲ ਆ, ਹੋਰ ਅਨੇਕਾਂ ਮੋਟਰਸਾਈਕਲ ਦੇ ਕੜੇ ਆਉਂਦੇ ਨੇ। ਸੋ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਹੁਣ ਗੱਲ ਹਿਮਾਚਲ ਦੀ। ਸੋਲਨ ਵਿੱਚ ਕੁਝ ਦਿਨ ਪਹਿਲਾਂ ਇੱਕ ਵਪਾਰੀ ਨੂੰ 3 ਅਣਪਛਾਤੇ ਹਮਲਾਵਰਾਂ ਨੇ ਰਿਵੋਲਵਰ ਦਿਖਾ ਕੇ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ 'ਤੇ ਵਪਾਰੀ ਅਤੇ ਉਸਦਾ ਪਰਿਵਾਰ ਡਰ ਦੇ ਸਾਏ ਵਿੱਚ ਸਨ। ਸੋਲਨ ਪੁਲਿਸ ਨੇ ਵੱਡੇ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ ਸੀ ਅਤੇ ਮਾਮਲੇ ਦੀ ਛਾਣਬੀਣ ਸ਼ੁਰੂ ਕੀਤੀ। ਕਾਰਵਾਈ ਕਰਦੇ ਹੋਏ ਦੇਰ ਰਾਤ ਪੁਲਿਸ ਦੀ ਟੀਮ ਨੇ ਬਾਹਰੀ ਸੂਬੇ ਦੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ। ਦਿਨਾਂਕ 3 ਜਨਵਰੀ 2019 ਕੋ ਥਾਣਾ ਸਦਰ ਮੈਂ ਮੁਕੱਦਮਾ ਨੰਬਰ 4/19 ਧਾਰਾ 452, 506 ਔਰ 34 IPC ਔਰ 25-54-59 ਆਰਮਸ ਐਕਟ ਮੈਂ ਦਰਜ ਕੀਆ ਗਿਆ ਥਾ। ਇਹ ਮੁਕੱਦਮਾ ਰਾਜਕੁਮਾਰ ਮਿੱਤਲ ਜੋ ਕਿ ਸੋਲਨ ਕੇ ਰਹਿਣ ਵਾਲੇ ਹੈ ਉਨਕੀ ਸ਼ਿਕਾਇਤ ਪਰ ਦਰਜ ਕੀਆ ਗਿਆ ਥਾ, ਜਿਸ ਮੈਂ ਉਨਕੋ 3 ਵਿਅਕਤੀਓ ਨੇ ਧਮਕਾਇਆ ਥਾ ਔਰ ਉਨਕੋ ਇੱਕ ਰਿਵੋਲਵਰ ਜਾਂ ਪਿਸਟਲ ਨੁਮਾ ਇੱਕ ਹਥਿਆਰ ਦਿਖਾਇਆ ਥਾ। ਉਸਕੇ ਬਾਅਦ ਉਹ ਯਹਾਂ ਸੇ ਭਾਗ ਗਏ ਥੇ। ਇਸਮੇਂ ਤਫਤੀਸ਼ ਕਰਤੇ ਰਹੇ ਔਰ ਹਮਾਰੀ ਇੱਕ ਟੀਮ ਦੂਸਰੇ ਪ੍ਰਦੇਸ਼ ਮੈਂ ਗਈ ਥੀ। ਪਿਛਲੇ ਕੱਲ੍ਹ ਦੇਰ ਰਾਤ ਕੋ ਉਨਮੇਂ ਸੇ 2 ਅਪਰਾਧੀਓ ਕੋ ਗ੍ਰਿਫਤਾਰ ਕੀਆ ਜਾ ਚੁੱਕਾ ਹੈ। ਉਨ੍ਹੇ ਆਜ ਸੋਲਨ ਕੋਰਟ ਮੈਂ ਪੇਸ਼ ਕੀਆ ਜਾਏਗਾ, ਕਿਉਂਕਿ ਉਹ ਅਪਰਾਧੀ ਨਾਮਜ਼ਦ ਨਹੀਂ ਥੇ, ਇਸ ਲਈ ਉਨਕੇ ਚਿਹਰੇ ਹਮਨੇ
उनकी गिरफ्तारी के समय से ही ढके हुए हैं और जब तक उनकी शिनाख्त परेड नहीं हो जाती है उस समय तक हम उनके नाम और बाकी चीजें उजागर नहीं कर सकते। ते हुण जांदे जांदे एक नजर हेडलाइंस ते। बरनाला विच सुनील जाखड़ होए पत्रकारां दे रूबरू, कहा पूरा पंजाब अज कांग्रेस दे नाल। बीजेपी राष्ट्रीय सकत्तर तरुण चुग ने पंजाब कांग्रेस ते साधे निशाने, कहा करतारपुर कोरीडोर विच कांग्रेस दा कोई सहयोग नहीं। गुरदासपुर के बटाला में श्री गुरु ग्रंथ साहिब जी की बेअदबी का मामला आया सामने, पुलिस ने सीसीटीवी फुटेज के आधार से की कार्रवाई शुरू। कुलबीर सिंह जीरा के सपोर्टर को गिरफ्तार करने से मची हलचल, जीरा के सपोर्टर नीरज कुमार की गिरफ्तारी को लेकर चुके जा रहे हैं सवाल। अमृतसर पुलिस ने नकली डीएसपी को किया गिरफ्तार, वर्दी का रौब दिखा के लुटता सी आम लोगों। फिलौर में सांझा अध्यापक मोर्चा वालों फूकिया गया शिक्षा मंत्री का पुतला, कहा जेकर नहीं पूरे किते किते हुए वादे तो किया जाएगा दोबारा संघर्ष। महिला की वायरल वीडियो बारे सिमरजीत सिंह बैंस ने किया खुलासा, कहा फेक आईडी से पाई गई वीडियो की जाएगी कार्रवाई। कोटकपुरा में गुरुद्वारा साहिब के ग्रंथी ने की खुदकुशी, पुलिस ने परिवार वालों के बयान के आधार से की कार्रवाई शुरू। लतीफपुरा में इंप्रूवमेंट ट्रस्ट ने जमीन खाली करवाने की प्रक्रिया से लगाई रोक, ट्रस्ट वालों जमीन की निशानदेही करने की कही जा रही है गल। जिला कपूरथला के पिंड डबई विखे 40 मुक्तियां की याद में करवाई गई खूह दौड़ा, जेतुआ वड्डे इनाम देकर किया गया सम्मानित। सोलन पुलिस को हासिल हुई वड्डी सफलता, पिछले दिन व्यापारी को धमकाने वाले दो दोषियों को किया काबू। इस बुलेटिन में फिलहाल इन्ना ही, नवी खबरों के साथ फिर हाजिर होवांगे। हुण मैनू दिओ इजाजत, धन्यवाद।